ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਜੀਓਗ੍ਰਾਫੀ ਆਫ ਪੰਜਾਬ ਦੇ ਕੁਐਸਚਨ ਕਵਰ ਕਰੇ ਸੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੰਡੀਆ ਦੇ ਕਰਾਂਗੇ ਠੀਕ ਹੈ ਜੀਓਗ੍ਰਾਫੀ ਆਫ ਇੰਡੀਆ ਦੇ ਟੌਪ 50 ਕੁਐਸਚਨ ਜਿਹੜੇ ਅੱਜ ਆਪਾਂ ਕਵਰ ਕਰਨ ਵਾਲੇ ਆ ਸਾਰੇ ਹੀ ਕੁਐਸਚਨ ਇੰਪੋਰਟੈਂਟ ਨੇ ਬਹੁਤ ਜ਼ਿਆਦਾ ਹੈਲਪਫੁਲ ਜਿਹੜੀ ਇਹ ਵੀਡੀਓ ਤੁਹਾਡੇ ਲਈ ਰਹਿਣ ਵਾਲੀ ਹੈ ਤੇ ਵੀਡੀਓ ਦੇ ਲਾਸਟ ਦੇ ਵਿੱਚ ਮੈਂ ਇੱਕ ਤੁਹਾਨੂੰ ਕੁਇਜ਼ ਦੇ ਕੁਐਸਚਨ ਪੁੱਛਾਂਗੀ ਜਿਹਦਾ ਤੁਸੀਂ ਮੈਨੂੰ ਆਨਸਰ ਜਿਹੜਾ ਕਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਇਮੇਜਿਸ ਵੀ ਐਡ ਕੀਤੀਆਂ ਨੇ ਬਹੁਤ ਜ਼ਿਆਦਾ ਮਜ਼ਾ ਆਣ ਵਾਲਾ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਨਵਾਂ ਵੀ ਸਿੱਖਣ ਨੂੰ ਮਿਲੇਗਾ ਸਟਾਰਟ ਕਰਦੇ ਆ ਸਭ ਤੋਂ ਪਹਿਲੇ ਕੁਐਸਚਨ ਨਾਲ ਫਰਸਟ ਕੁਐਸਚਨ ਹੈ ਭਾਰਤ ਵਿਸ਼ਵ ਅਨੁਸਾਰ ਕਿੰਨਾ ਵੱਡਾ ਦੇਸ਼ ਹੈ ਜਿਹੜਾ ਆਪਣਾ ਇੰਡੀਆ ਹੈ ਉਹ ਵਰਲਡ ਦੇ ਅਕੋਰਡਿੰਗ ਕਿੰਨਾ ਵੱਡਾ ਦੇਸ਼ ਹੈ ਅਕੋਰਡਿੰਗ ਟੂ ਏਰੀਆ ਗੱਲ ਕਰ ਰਹੇ ਆ ਆਪਾਂ ਠੀਕ ਹੈ ਕਿ ਅਕੋਰਡਿੰਗ ਟੂ ਏਰੀਆ ਜਿਹੜਾ ਆਪਣਾ ਇੰਡੀਆ ਉਹ ਕਿੰਨਾ ਵੱਡਾ ਦੇਸ਼ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ অপਸ਼ਨ ਨੰਬਰ ਏ ਆਪਣਾ ਜਿਹੜਾ ਭਾਰ ਸੈਕਿੰਡ ਕੁਐਸਚਨ ਦੇਖਦੇ ਆਂ ਭਾਰਤ ਵਿਸ਼ਵ ਅਨੁਸਾਰ ਕਿੰਨਾ ਖੇਤਰ ਘੇਰਦਾ ਹੈ ਏਰੀਆ ਠੀਕ ਹੈ ਜਿਹੜਾ ਆਪਣਾ ਇੰਡੀਆ ਹੈ ਪੂਰੇ ਵਰਲਡ ਦਾ ਉਹ ਕਿੰਨੇ ਪਰਸੈਂਟ ਏਰੀਆ ਜਿਹੜਾ ਕਵਰ ਕਰਦਾ ਹੈ ਆਪਣਾ ਭਾਰਤ ਤਾਂ ਇਹ ਕਰਦਾ ਜੀ 2.42% ਠੀਕ ਹੈ 2.42% ਜਿਹੜਾ ਆਪਣਾ ਇੰਡੀਆ ਹੈ ਉਹ ਪੂਰੇ ਵਰਲਡ ਦੇ ਅਕੋਰਡਿੰਗ ਜਿਹੜਾ ਖੇਤਰ ਘੇਰਦਾ ਹੈ ਠੀਕ ਹੈ ਤਾਂ ਇਹ ਵੀ ਕੁਐਸਚਨ ਜਿਹੜਾ ਬਿਲਕੁਲ ਇੰਪੋਰਟੈਂਟ ਹੈ ਜਿੰਨੇ ਵੀ ਕੁਐਸਚਨ ਨੇ ਸਾਰੇ ਇੰਪੋਰਟੈਂਟ ਨੇ ਥਰਡ ਕੁਐਸਚਨ ਦੀ ਗੱਲ ਕਰ ਲਈ ਆਪਾਂ ਭਾਰਤ ਜਨਸੰਖਿਆ ਅਨੁਸਾਰ ਕਿੰਵੇਂ ਨੰਬਰ ਤੇ ਆਂਦਾ ਹੈ ਜਿਹੜਾ ਆਪਣਾ ਇੰਡੀਆ ਹੈ ਉਹ ਪੋਪੂਲੇਸ਼ਨ ਦੇ ਅਕੋਰਡਿੰਗ ਜਿਹੜਾ ਕਿੰਵੇਂ ਨੰਬਰ ਤੇ ਆਂਦਾ ਹੈ ਆਪਾਂ ਨੂੰ ਪਤਾ ਹੈ ਏਰੀਆ ਦੇ ਅਕੋਰਡਿੰਗ ਜਿਹੜਾ ਮਨਾ ਭਾਰਤ ਹੈ ਉਹ 7ਵੇਂ ਨੰਬਰ ਤੇ ਹੈ ਤੇ ਜੀ ਗੱਲ ਕਰ ਲਈ ਪੋਪੂਲੇਸ਼ਨ ਦੇ ਅਕੋਰਡਿੰਗ ਤਾਂ ਆਪਣਾ ਭਾਰਤ ਆਂਦਾ ਜੀ 2nd ਨੰਬਰ ਤੇ ਠੀਕ ਹੈ ਫਸਟ ਨੰਬਰ ਤੇ ਚਾਈਨਾ ਹੈ ਚੀਨ ਤੇ 2nd ਨੰਬਰ ਤੇ ਆਪਣਾ ਇੰਡੀਆ ਹੈ ਠੀਕ ਹੈ ਪੋਪੂਲੇਸ਼ਨ ਦੇ ਸਤਾਰ ਲਗਭਗ 17.4% ਪੂਰੇ ਵਰਲਡ ਦੀ ਪੋਪੂਲੇਸ਼ਨ ਪੂਰੇ ਵਰਲਡ ਦੀ ਪੋਪੂਲੇਸ਼ਨ ਦੇ ਅਕੋਰਡਿੰਗ ਜਿਹੜੀ ਪੂਰੇ ਵਿਸ਼ਵ ਦੀ 17.4% ਪੋਪੂਲੇਸ਼ਨ ਹੈ ਉਹ ਸਿਰਫ ਔਰ ਸਿਰਫ ਇੰਡੀਆ ਦੇ ਵਿੱਚ ਰਹਿ ਰਹੀ ਹੈ ਠੀਕ ਹੈ ਤਾਂ ਸੈਕਿੰਡ ਨੰਬਰ ਤੇ ਜਿਹੜਾ ਆਪਣਾ ਭਾਰਤ ਹੈ ਉਹ ਪੋਪੂਲੇਸ਼ਨ ਦੇ ਅਕੋਰਡਿੰਗ ਚੱਲ ਰਿਹਾ ਹੈ ਇਸ ਇਸ ਟਾਈਮ ਫਿਲਹਾਲ ਠੀਕ ਹੈ ਤਾਂ ਇਹ ਹੈ ਕੁਐਸਚਨ ਨੈਕਸਟ ਕੁਐਸਚਨ ਦੇਖਦੇ ਹਾਂ ਦੇਖੋ ਪਹਿਲਾਂ ਤੁਸੀਂ ਕੁਐਸਚਨ ਪੜ੍ਹ ਲਿਆ ਕਰੋ ਉਸ ਤੋਂ ਬਾਅਦ ਚਾਰ ਕੋ ਆਪਸ਼ਨ ਦੇਖ ਕੇ ਤੁਹਾਨੂੰ ਜੋ ਆਨਸਰ ਸਹੀ ਲੱਗਦਾ ਉਸ ਨੂੰ ਸੋਚੋ ਉਸ ਤੋਂ ਬਾਅਦ ਤੁਸੀਂ ਮੇਰਾ ਆਨਸਰ ਦੇਖਿਆ ਕਰੋ ਫਿਰ ਤੁਸੀਂ ਦੇਖਿਆ ਕਰੋਗੇ ਸਾਡਾ ਕੁਐਸਚਨ ਜਿਹੜਾ ਸਹੀ ਹੋਇਆ ਜਾਂ ਨਹੀਂ ਠੀਕ ਹੈ ਐਜ਼ ਅ ਟੈਸਟ ਵੀ ਤੁਸੀਂ ਇਸ ਵੀਡੀਓ ਨੂੰ ਲੈ ਸਕਦੇ ਹੋ ਇਸ ਵੀਡੀਓ ਦੇ ਵੀ ਐਂਡ ਦੇ ਵਿੱਚ ਦੱਸਣਾ ਨਾ ਭੁੱਲਣਾ ਕਿ ਕਿੰਨੇ ਤੁਹਾਡੇ ਕੁਸ਼ਨ ਜਿਹੜੇ ਨੇ ਸਹੀ ਹੋਏ ਨੇ ਠੀਕ ਹੈ ਤਾਂ ਨੈਕਸਟ ਕੁਸ਼ਨ ਦੇਖਦੇ ਹਾਂ ਕਿਹੜੀ ਰੇਖਾ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ ਜਿਹੜਾ ਆਪਣਾ ਇੰਡੀਆ ਹੈ ਇਸ ਨੂੰ ਕਿਹੜੀ ਲਾਈਨ ਹੈ ਜਿਹੜੀ ਕਿ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ ਠੀਕ ਹੈ ਇਹ ਪੁੱਛਿਆ ਗਿਆ ਹੈ অপਸ਼ਨ ਹੈ ਮਕਰ ਰੇਖਾ ਕਰਕ ਰੇਖਾ ਭੂਮਧ ਰੇਖਾ ਜਾਂ ਕੋਈ ਨਹੀਂ ਤਾਂ ਦੇਖੋ ਤੁਸੀਂ ਅੱਗੇ ਦੇਖ ਸਕਦੇ ਹੋ ਜਿਹੜਾ ਆਪਣਾ ਇੰਡੀਆ ਹੈ ਇਹ ਇੰਡੀਆ ਦਾ ਪੂਰਾ ਮੈਪ ਹੈ ਠੀਕ ਹੈ ਮੈਂ ਤੁਹਾਡੇ ਲਈ ਹੀ ਪਿਕਚਰਸ ਐਡ ਕੀਤੀਆਂ ਨੇ ਤਾਂ ਕਿ ਤੁਹਾਨੂੰ ਡਿਟੇਲ ਦੇ ਵਿੱਚ ਧਿਆਨ ਨਾਲ ਸਮਝ ਆ ਜਾਵੇ ਦੇਖੋ ਜਿਹੜਾ ਆਪਣਾ ਇਹ ਇੰਡੀਆ ਹੈ ਇਹ ਜਿਹੜੀ ਰੈੱਡ ਕਲਰ ਦੀ ਲਾਈਨ ਹੈ ਮੈਂ ਥੋੜਾ ਜ਼ੂਮ ਕਰ ਦਿੰਨੀ ਹਾਂ ਇਸ ਨੂੰ ਜਿਹੜੀ ਇਹ ਰੈੱਡ ਕਲਰ ਦੀ ਲਾਈਨ ਹੈ ਇਹ ਲਾਈਨ ਜਿਹੜੀ ਆਪਣੇ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਰਹੀ ਹੈ ਦੇਖੋ ਇੱਕ ਉੱਪਰਲਾ ਹਿੱਸਾ ਇੱਕ ਨਿਚਲਾ ਹਿੱਸਾ ਦੋ ਹਿੱਸਿਆਂ ਦੇ ਵਿੱਚ ਵੰਡ ਰਹੀ ਹੈ ਨਾ ਤਾਂ ਇਸ ਰੇਖਾ ਨੂੰ ਕੀ ਕਾਂਗੇ ਤਾਂ ਇਸ ਨੂੰ ਕਾਂਗੇ ਆਪਾਂ ਟ੍ਰੋਪਿਕ ਆਫ ਕੈਂਸਰ ਠੀਕ ਹੈ ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਰਕਰੇਖਾ ਠੀਕ ਹੈ ਕਰਕਰੇਖਾ ਕਹਿ ਸਕਦੇ ਆ ਇਸ ਨੂੰ ਇਸ ਦਾ ਨਾਮ ਕਰਕਰੇਖਾ ਹੈ ਓਵਲੀ ਰੇਖਾ ਜਿਹੜੀ ਕਿ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ ਉਹ ਕਿਹੜੀ ਰੇਖਾ ਹੈਗੀ ਹੈ ਜੀ ਕਰਕਰੇਖਾ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆ ਉਹ ਹੈਗਾ ਜੀ ਕਰਕਰੇਖਾ ਆਪਸ਼ਨ ਨੰਬਰ ਬੀ ਤੇ ਇਹ ਜਿਹੜੀ ਕਰਕਰੇਖਾ ਹੈ ਇਹ ਅੱਠ ਰਾਜਾਂ ਦੇ ਵਿੱਚੋਂ ਹੋ ਕੇ ਲੰਘਦੀ ਹੈ ਮੈਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਇਮੇਜ ਥਰੂ ਸਮਝਾਵਾਂਗੀ ਵੀ ਠੀਕ ਹੈ 8 ਸਟੇਟਸ ਦੇ ਵਿੱਚੋਂ ਹੋ ਕੇ ਜਿਹੜੀ ਹੈ ਇਹ ਕਰਕਰੇਖਾ ਲੰਘਦੀ ਹੈ ਨੈਕਸਟ ਕੁਐਸਚਨ ਹੈ ਪਹਿਲਾ ਰਾਜ ਕਿਹੜਾ ਹੈ ਜਿੱਥੋਂ ਕਰਕਰੇਖਾ ਗੁਜ਼ਰਦੀ ਹੈ ਫਰਸਟ ਕੁਐਸਚਨ ਇਹ ਪੁੱਛਿਆ ਗਿਆ ਠੀਕ ਹੈ ਮਤਲਬ ਸੌਰੀ ਆਪਾਂ ਨੂੰ ਫਰਸਟ ਸਟੇਟ ਪੁੱਛਿਆ ਗਿਆ ਹੈ ਕਿ ਜਿਹੜੀ ਕਰਕਰੇਖਾ ਵਿੱਚ ਘਾਰੋਂ ਲੰਘ ਰਹੀ ਹੈ ਉਹ ਸਭ ਤੋਂ ਪਹਿਲਾਂ ਕਿਹੜੀ ਸਟੇਟ ਦੇ ਵਿੱਚੋਂ ਗੁਜ਼ਰਦੀ ਹੈ অপਸ਼ਨ ਹੈ ਰਾਜਸਥਾਨ ਹਰਿਆਣਾ ਪੰਜਾਬ ਗੁਜਰਾਤ ਤਾਂ ਜੇਕਰ ਤੁਸੀਂ ਮੈਪ ਦੇਖੋ ਆ ਦੇਖੋ ਜਿਹੜੀਆਂ ਹਾਂ ਕਲਰ ਕੀਤਾ ਹੋਇਆ ਨਾ ਇਹ ਉਹ 7-8 ਸਟੇਟਾਂ ਨੇ 7 ਸਟੇਟਾਂ ਨੇ ਠੀਕ ਹੈ ਜਿਨ੍ਹਾਂ ਦੇ ਵਿੱਚੋਂ ਕਰਕਰੇਖਾ ਲੰਘਦੀ ਠੀਕ ਹੈ ਆ ਗਿਣ ਸਕਦੇ ਹੋ 8 ਸਟੇਟਸ ਟੋਟਲ 8 ਸਟੇਟ ਨੇ ਮੈਂ ਗਲਤੀ ਨਾਲ 7 ਕਹਿਤਾ ਠੀਕ ਹੈ 8 ਸਟੇਟ ਨੇ 8 ਸਟੇਟਾਂ ਦੇ ਵਿੱਚ ਜਿਹੜੀ ਆਪਣੀ ਕਰ ਕਰੇਖਾ ਲੰਗਦੀ ਹੈ ਤੁਸੀਂ ਇੱਥੇ ਗਿਣ ਵੀ ਸਕਦੇ ਹੋ ਇਹ ਜਿੰਨੇ ਵੀ ਏਰੀਆ ਕਲਰ ਵਾਲੇ ਨੇ ਇਹ ਸਾਰੇ ਹੀ ਹੋਣੇ ਠੀਕ ਹੈ ਸਟੇਟ ਨੇ ਦੇਖੋ ਸਭ ਤੋਂ ਪਹਿਲਾਂ ਹੁਣ ਗੱਲ ਕਰੀਏ ਆਪਣੀ ਰੇਖਾ ਦੀ ਸਭ ਤੋਂ ਪਹਿਲਾਂ ਕਿੱਥੋਂ ਗੁਜ਼ਰ ਰਹੀ ਹੈ ਤਾਂ ਇਹ ਵਾਲਾ ਜਿਹੜਾ ਤੁਸੀਂ ਇਹ ਨਿਸ਼ਾਨ ਦੇਖ ਰਹੇ ਹੋ ਇਹ ਕਿਹੜੇ ਸਟੇਟ ਦਾ ਹੈ ਇਹ ਹੈਗਾ ਜੀ ਗੁਜਰਾਤ ਦਾ ਠੀਕ ਹੈ ਤਾਂ ਕੁਐਸਚਨ ਦਾ ਆਨਸਰ ਹੈ ਜੀ ਗੁਜਰਾਤ ਸਭ ਤੋਂ ਪਹਿਲਾਂ ਕਰ ਕਰੇਖਾ ਜਿਹੜੀ ਗੁਜਰਾਤ ਦੇ ਵਿੱਚ ਉਹ ਹੋ ਕੇ ਲੰਗ ਠੀਕ ਹੈ ਤਾਂ ਇਹ ਪੁਆਇੰਟ ਤੁਸੀਂ ਮੈਂਸ਼ਨ ਕਰਕੇ ਰੱਖਿਓ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਇਹ ਜਿਹੜੀਆਂ 8 ਸਟੇਟਸ ਨੇ ਇਹ ਕਿਹੜੀਆਂ-ਕਿਹੜੀਆਂ ਨੇ ਟੋਟਲ ਤਾਂ ਇਹ ਪੁਆਇੰਟ ਪੜ੍ਹ ਸਕਦੇ ਹੋ ਦੇਖੋ ਟ੍ਰੋਪਿਕ ਆਫ ਜਿਹੜੀ ਆ ਕਰਕਰੇਖਾ ਇਸ ਦੀ ਗੱਲ ਕੀਤੀ ਗਈ ਹੈ ਡਿਵਾਈਡਸ ਦ ਕੰਟਰੀ ਇੰਟੂ 2 ਇਕੁਅਲ ਪਾਰਟ ਠੀਕ ਹੈ 2 ਪਾਰਟ ਦੇ ਵਿੱਚ ਵੰਡਦੀ ਹੈ ਇਹ ਆਪਣੀ ਕਰਕਰੇਖਾ ਕਿਹੜੇ-ਕਿਹੜੇ ਸਟੇਟ ਦੇ ਵਿੱਚੋਂ ਸਭ ਤੋਂ ਪਹਿਲਾਂ ਗੁਜਰਾਤ ਹੈ 8 ਸਟੇਟ ਦੇ ਵਿੱਚੋਂ ਲੰਘਦੀ ਹੈ ਠੀਕ ਹੈ ਗੁਜਰਾਤ ਫਿਰ ਹੈਗਾ ਜੀ ਰਾਜਸਥਾਨ ਫਿਰ ਹੈ ਮੱਧ ਪ੍ਰਦੇਸ਼ ਫਿਰ ਹੈ ਛੱਤੀਸਗੜ ਝਾਰਖੰਡ ਵੈਸਟ ਬੰਗਾਲ ਤ੍ਰਿਪੂਰਾ ਮ ਠੀਕ ਹੈ ਤਾਂ ਇਹ ਟੋਟਲ 8 ਸਟੇਟ ਨੇ ਜਿਨ੍ਹਾਂ ਦੇ ਵਿੱਚੋਂ ਕਰਕਰੇਖਾ ਹੋ ਕੇ ਗੁਜ਼ਰਦੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤੁਹਾਨੂੰ ਇੱਕ ਕੁਐਸਚਨ ਜਿਹੜਾ ਇਸ ਕੁਐਸਚਨ ਦੇ ਜਿਹੜਾ ਟਾਪਿਕ ਹੈ ਇਸ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੇਗਾ ਮੈਪ ਦਾ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਉਹ ਹੈਗਾ ਗੁਜਰਾਤ ਠੀਕ ਹੈ অপਸ਼ਨ ਨੰਬਰ ਡੀ ਸਭ ਤੋਂ ਪਹਿਲਾਂ ਗੁਜਰਾਤ ਦੇ ਵਿੱਚੋਂ ਹੀ ਹੋ ਕੇ ਗੁਜ਼ਰਦੀ ਹੈ ਨੈਕਸਟ ਕੁਐਸਚਨ ਦੀ ਗੱਲ ਕਰ ਲਈਏ ਭਾਰਤੀ ਭੂਮੀ ਸੀਮਾ ਦੀ ਟਟ ਦੀ ਲੰਬਾਈ ਕਿੰਨੀ ਹੈ ਦੇਖੋ ਆਪਣਾ ਜਿਹੜਾ ਇੰਡੀਆ ਹੈ ਜੇਕਰ ਆਪਾਂ ਮੈਪ ਦੇਖੀਏ ਇਸ ਦਾ ਤਾਂ ਆਪਾਂ ਨੂੰ ਇਸ ਦੇ ਵਿੱਚ ਪੁੱਛਿਆ ਗਿਆ ਕਿ ਲੈਂਡ ਬਾਉਂਡਰੀ ਕਿੰਨੀ ਹੈ ਠੀਕ ਹੈ ਜਿਹੜੀ ਭੂਮੀ ਦੀ ਪੂਰੀ ਸੀਮਾ ਹੈ ਆਪਣੇ ਭਾਰਤ ਦੀ ਉਹ ਟੋਟਲ ਕਿੰਨੀ ਹੈ ਲੈਂਥ ਤਾਂ ਇਹਦਾ ਰਾਈਟ ਆਨਸਰ ਹੈਗਾ 15200 ਕਿਲੋਮੀਟਰ ਠੀਕ ਹੈ ਜਿਹੜੀ ਭਾਰਤ ਦੀ ਪੂਰੀ ਲੈਂਡ ਬਾਉਂਡਰੀ ਹੈ ਠੀਕ ਹੈ ਇਹ 15200 ਕਿਲੋਮੀਟਰ ਦੀ ਹੈ ਟੋਟਲ ਠੀਕ ਹੈ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਵਧਦੇ ਆ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਹੈ ਭਾਰਤ ਦੀ ਸਭ ਤੋਂ ਵੱਡੀ ਝੀਲ ਕਿਹੜੀ ਹੈ ਸੈਕਿੰਡ ਇਸ ਕੁਐਸਚਨ ਦੇ ਕਿਸ ਸਭ ਤੋਂ ਵੱਡੀ ਝੀਲ ਕਿਹੜੀ ਹੈ ਤਾਂ ਆਪਸ਼ਨ ਨੇ ਸਾਂਭਰ ਝੀਲ, ਵੁੱਲਰ ਝੀਲ ਤੇ ਇਹ ਮਾਫੀ ਚਾਹਨੀ ਆ ਜਦੋਂ ਪੀਡੀਐਫ ਬਣਾਇਆ ਗਿਆ ਸੀ ਉਸ ਦੀ ਪ੍ਰਿੰਟਿੰਗ ਦੇ ਵਿੱਚ ਦੋ ਜਿਹੜੇ ਨੇ ਪੁਆਇੰਟ ਮਿਸ ਪ੍ਰਿੰਟ ਹੋ ਗਏ ਠੀਕ ਹੈ ਤਾਂ ਇਹਨਾਂ ਨੂੰ ਤੁਸੀਂ ਆਪਾਂ ਨੈਗਲੈਕਟ ਕਰਕੇ ਚੱਲ ਸਕਦੇ ਆ ਤਾਂ ਦੋ ਆਪਸ਼ਨਾਂ ਦੇ ਵਿੱਚੋਂ ਤੁਸੀਂ ਦੱਸ ਸਕਦੇ ਹੋ ਰਾਈਟ ਆਨਸਰ ਭਾਰਤ ਦੀ ਸਭ ਤੋਂ ਵੱਡੀ ਝੀਲ ਆ ਉਹ ਕਿਹੜੀ ਹੈ ਤਾਂ ਉਹ ਹੈਗੀ ਹੈ ਜੀ ਵੁੱਲਰ ਝੀਲ ਠੀਕ ਹੈ ਵੁੱਲਰ ਝੀਲ ਕਿੱਥੇ ਹੈ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਜਿਹੜੀ ਵੁੱਲਰ ਝੀਲ ਹੈ ਉਹ ਸਭ ਤੋਂ ਵੱਡੀ ਝੀਲ ਹੈ ਭਾਰਤ ਦੀ ਠੀਕ ਹੈ ਆਪਸ਼ਨ ਨੰ ਵਾਧਿਆ ਨੈਕਸਟ ਕੁਐਸਚਨ ਵੱਲ ਭਾਰਤ ਦੀ ਸਮੁੰਦਰੀ ਸੀਮਾ ਦੀ ਲੰਬਾਈ ਕਿੰਨੀ ਹੈ ਦੇਖੋ ਪਿਛਲੇ ਕੁਐਸਚਨ ਦੇ ਵਿੱਚ ਆਪਾਂ ਨੇ ਕਰਿਆ ਸੀ ਲੈਂਡ ਬਾਉਂਡਰੀ ਠੀਕ ਹੈ ਕਿ ਭੂਮੀ ਟੱਟ ਦੀ ਲੰਬਾਈ ਕਿੰਨੀ ਹੈ ਭੂਮ ਭੂਮੀ ਦੇ ਅਕੋਰਡਿੰਗ ਠੀਕ ਹੈ ਹੁਣ ਗੱਲ ਕਰ ਰਹੇ ਨੇ ਸਮੁੰਦਰੀ ਟੱਟ ਦੀ ਕਿ ਜਿਹੜੀ ਆਪਣੀ ਭਾਰਤ ਹੈ ਉਸ ਦੀ ਸਮੁੰਦਰੀ ਸੀਮਾ ਬਾਉਂਡਰੀ ਕਿੰਨੀ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ 7516 ਕਿਲੋਮੀਟਰ ਠੀਕ ਹੈ 7516 ਕਿਲੋਮੀਟਰ ਜਿਹੜੀ ਹੈ ਭਾਰਤ ਦੀ ਕੋਸਟਲਾਈਨ ਬਾਉਂਡਰੀ ਹੈ ਜੇਕਰ ਤੁਸੀਂ ਇਮੇਜ ਨੂੰ ਜੂਮ ਜ਼ੂਮ ਕਰਕੇ ਦੇਖੋ ਤਾਂ ਇਹ ਜਿਹੜਾ ਨਿਚਲੇ ਵਾਲਾ ਏਰੀਆ ਪੂਰਾ ਇਸ ਸਮੁੰਦਰੀ ਕੋਸਟਲਾਈਨ ਦਾ ਠੀਕ ਹੈ ਇਹ ਟੋਟਲ ਆਪਾਂ ਇਹ ਕਹਿ ਸਕਦੇ ਆ 7516 ਕਿਲੋਮੀਟਰ ਜਿੰਨੇ ਦੇ ਵੀ ਨੇੜਾ ਸਮੁੰਦਰ ਲੱਗ ਰਿਹਾ ਨਾ ਇਹ ਸਾਰੀ ਚੀਜ਼ ਨੂੰ ਆਪਾਂ ਕਹਿ ਸਕਦੇ ਆ ਬਾਉਂਡਰੀ ਨੂੰ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਆਪਣਾ 7516 ਕਿਲੋਮੀਟਰ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਹੁਣੇ ਉਹ ਲਾਈਕ ਕਰ ਦਿਓ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਕਿੰਨੀਆਂ ਕਿਸਮਾਂ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਨੇ ਕਿੰਨੇ ਟਾਈਪ ਦੀ ਜਿਹੜੀਆਂ ਨੇ ਭਾਰਤ ਦੇ ਵਿੱਚ ਸੋਇਲਸ ਪਾਈਆਂ ਜਾਂਦੀਆਂ ਨੇ ਤਾਂ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ 6 6 ਪ੍ਰਕਾਰ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਨੇ ਜਿੱਦਾਂ ਕਿ ਆਪਾਂ ਕਹਿ ਸਕਦੇ ਜਲੋੜੀ ਮਿੱਟੀ ਹੋਗੀ ਠੀਕ ਹੈ ਲਾਲ ਮਿੱਟੀ ਕਾਲੀ ਮਿੱਟੀ ਲੈਟਰਾਈਟ ਮਿੱਟੀ ਇਸ ਤਰ੍ਹਾਂ 6 ਮਿੱਟੀਆਂ ਜਿਹੜੀਆਂ ਨੇ ਪੰਜਾਬ ਦੇ ਭਾਰਤ ਦੇ ਵਿੱਚ ਪਾਈਆਂ ਜਾਂਦੀਆਂ ਨੇ ਠੀਕ ਹੈ ਇਹ ਜੇਕਰ ਜ਼ੂਮ ਕਰਕੇ ਦੇਖੋ ਤਾਂ ਦੇਖੋ ਮਿੱਟੀਆਂ ਮੈਂ ਇੱਥੇ ਪੁਆਇੰਟ ਐਡ ਕੀਤਾ ਇਹ ਹੈਗੇ ਜੀ ਜਲੋੜੀ ਮਿੱਟੀ ਕਾਲੀ ਮਿੱਟੀ ਜਿਹਨੂੰ ਕਿ ਰੈਗੂਰ ਮਿੱਟੀ ਵੀ ਕਹਿੰਦੇ ਨੇ ਠੀਕ ਹੈ ਲਾਲ ਮਿੱਟੀ ਲੈਟਰਾਈਟ ਮਿੱਟੀ ਹੋ ਗਿਆ ਮਾਰੂਥਲੀ ਮਿੱਟੀ ਹੋ ਗਿਆ ਮਾਊਂਟੇਨ ਮਿੱਟੀ ਹੋ ਗਿਆ ਠੀਕ ਹੈ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਮਿੱਟੀਆਂ ਆਪਣੇ ਇੰਡੀਆ ਦੇ ਵਿੱਚ ਪਾਈਆਂ ਜਾਂਦੀਆਂ ਨੇ ਤਾਂ ਦੇਖੋ ਜਿਹੜੀ ਜਲੋੜੀ ਮਿੱਟੀ ਆ ਉਹ ਜ਼ਿਆਦਾਤਰ ਪੰਜਾਬ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਠੀਕ ਹੈ ਅਲੱਗ-ਅਲੱਗ ਫਸਲਾਂ ਦੇ ਲਈ ਅਲੱਗ-ਅਲੱਗ ਮਿੱਟੀਆਂ ਜਿਹੜੀਆਂ ਨੇ ਜ਼ਰੂਰੀ ਹੁੰਦੀਆਂ ਨੇ ਠੀਕ ਹੈ ਤੇ ਜਿਹੜਾ 7 ਪੁਆਇੰਟ ਹੈ ਇਸ ਨੂੰ ਤੁਸੀਂ ਕੱਟ ਦਿਓ ਇਹ ਵਾਲੀ ਇਹ ਵਾਲੀ ਮਿੱਟੀ ਜਿਹੜੀ ਆ ਹੁਣ ਨਹੀਂ ਮਿਲਦੀ ਹੈ ਇਹ ਆਪਣੇ ਭਾਰਤ ਦੇ ਵਿੱਚ ਪਹਿਲਾਂ ਮਿਲਦੀ ਹੁੰਦੀ ਸੀ ਠੀਕ ਹੈ ਮਾਰਸ਼ੀ ਤਾਂ ਇਸ ਕਰਕੇ ਤੁਸੀਂ ਜੇਕਰ ਕੁਐਸਚਨ ਦੇ ਵਿੱਚ ਆਵੇ ਤਾਂ ਤੁਸੀਂ 6 ਹੀ ਲਿਖਣਾ ਹੈ ਠੀਕ ਹੈ ਪਰਬਤੀ ਮਿੱਟੀ ਹੋ ਗਿਆ ਮਾਰੂਥਲੀ ਮਿੱਟੀ ਲੈਟਰਾਈਟ ਤਾਂ ਇਸ ਤਰ੍ਹਾਂ ਦੀਆਂ ਟੋਟਲ 6 ਮਿੱਟੀਆਂ ਆਪਣੇ ਭਾਰਤ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਕਿਹੜਾ ਦੇਸ਼ ਦਾ ਭਾਰਤ ਨਾਲ ਸਭ ਤੋਂ ਲੰਬਾ ਬਾਰਡਰ ਹੈ ਜਿਹਦਾ ਆਪਣਾ ਇੰਡੀਆ ਹੈ ਠੀਕ ਹੈ ਇੰਡੀਆ ਦੇ ਵਿੱਚੋਂ ਕਿਹੜੀ ਕੰਟਰੀ ਹੈ ਜੀ ਜਿਸ ਦਾ ਸਭ ਤੋਂ ਜ਼ਿਆਦਾ ਜਿਹੜਾ ਬਾਰਡਰ ਹੈ ਆਪਣੇ ਭਾਰਤ ਨਾਲ ਲੱਗਦਾ ਹੈ ਇਹ ਪੁੱਛਿਆ ਗਿਆ ਠੀਕ ਹੈ অপਸ਼ਨ ਹੈ ਪਾਕਿਸਤਾਨ ਚੀਨ ਅਫਗਾਨਿਸਤਾਨ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਬੰਗਲਾਦੇਸ਼ অপਸ਼ਨ ਨੰਬਰ ਡੀ ਬੰਗਲਾਦੇਸ਼ ਦਾ ਜਿਹੜਾ ਬਾਰਡਰ ਹੈ ਉਹ ਇੰਡੀਆ ਦੇ ਨਾਲ ਸਭ ਤੋਂ ਜ਼ਿਆਦਾ ਕਨੈਕਟਡ ਹੈ ਠੀਕ ਹੈ ਸਭ ਤੋਂ ਵੱਡਾ ਜਿਹੜਾ ਬਾਰਡਰ ਸ਼ੇਅਰ ਕਰਦਾ ਹੈ ਇੰਡੀਆ ਉਹ ਕਰਦਾ ਹੈ ਜੀ ਬੰਗਲਾਦੇਸ਼ ਦੇ ਨਾਲ অপশন নাম্বার ডি ইজ দা রাইট आंसर है वेरी वेरी इंपोर्टेंट क्वेश्चन है ये नेक्स्ट क्वेश्चन ਵੱਲ ਵਧਦੇ ਆ ਭਾਰਤ ਦੀ ਉੱਤਰੀ ਦੱਖਣੀ ਦੂਰੀ ਕਿੰਨੀ ਹੈ ਠੀਕ ਹੈ ਉੱਤਰ ਅਤੇ ਦੱਖਣ ਦੀ ਜਿਹੜੀ ਇਹ ਟੋਟਲ ਦੂਰੀ ਹੈ ਇਹ ਭਾਰਤ ਦੀ ਕਿੰਨੀ ਹੈ ਜੇਕਰ ਆਪਾਂ ਆਪਣੇ ਮੈਪ ਨੂੰ ਦੇਖੀਏ ਤਾਂ ਆਪਾਂ ਨੂੰ ਇਹ ਵਾਲੀ ਦੂਰੀ ਪੁੱਛਿਆ ਗਿਆ ਦੇਖੋ ਆ ਉੱਪਰ ਫਰਸਟ ਤੋਂ ਲੈ ਕੇ ਇੱਥੇ ਤੱਕ ਇਹ ਦੂਰੀ ਕਿੰਨੀ ਆ ਇਹ ਪੁੱਛਿਆ ਗਿਆ ਠੀਕ ਹੈ ਤਾਂ ਇਹਦਾ ਜਿਹੜਾ রাইਟ ਆਨਸਰ ਹੈ ਉਹ ਹੈਗਾ ਜੀ ਆਪਣਾ অপশন ਨੰਬਰ ਏ 3214 ਠੀਕ ਹੈ 3214 ਕਿਲੋਮੀਟਰ ਇਹ ਜਿਹੜੀ ਲੈਂਥ ਹੈ ਉੱਤਰ ਤੋਂ ਲੈ ਕੇ ਦੱਖਣ ਤੱਕ ਇਹ ਪੂਰੀ 3214 ਕਿਲੋਮੀਟਰ ਹੈ ਠੀਕ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਵਧਦੇ ਆ ਨੈਕਸਟ ਕੁਸ਼ਚਨ ਵੱਲ ਭਾਰਤ ਦੀ ਪੂਰਬੀ ਪੱਛਮੀ ਦੂਰੀ ਕਿੰਨੀ ਹੈ ਹੁਣ ਦੇਖੋ ਆਪਾਂ ਨੇ ਜਿਹੜਾ ਇਹ ਇਹ ਵੇਲੇ ਤਾਂ ਦਿਸ਼ਾ ਦੇਖ ਲਈ 3214 ਹੁਣ ਆਪਾਂ ਨੂੰ ਪੁੱਛਿਆ ਗਿਆ ਇਸ ਕੁਸ਼ਚਨ ਦੇ ਵਿੱਚ ਪੂਰਬ ਪੱਛਮ ਠੀਕ ਹੈ ਮਤਲਬ ਕਿ ਇੱਥੇ ਗੁਜਰਾਤ ਤੋਂ ਲੈ ਕੇ ਇੱਥੇ ਅਰੁਣਾਚਲ ਪ੍ਰਦੇਸ਼ ਤੱਕ ਇਹ ਦੂਰੀ ਕਿੰਨੀ ਹੈ ਠੀਕ ਹੈ ਤਾਂ ਦੇਖੋ ਜੇਕਰ ਆਪਾਂ ਜੀਓਗ੍ਰਾਫੀ ਕਰ ਰਹੇ ਹਾਂ ਤਾਂ ਆਪਾਂ ਨੂੰ ਇੰਡੀਆ ਦੇ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਹੈ ਕਿਹੜੀ ਬਾਉਂਡਰੀ ਹੈ ਕਿਹੜੀ ਕਿਸ ਦੇ ਨਾਲ ਕਨੈਕਟਡ ਹੈ ਸਾਰਾ ਆਪਾਂ ਨੂੰ ਜਿਹੜੀ ਨੋਲੇਜ ਹੋਣੀ ਚਾਹੀਦੀ ਹੈ ਲੇਕਿਨ ਦੇਖੋ ਮੈਂ ਤੁਹਾਨੂੰ ਕੁਐਸਚਨ ਸਿਰਫ ਐਫਸੀਏ एग्जाम ਨੂੰ ਟਾਰਗੇਟ ਰੱਖ ਕੇ ਹੀ ਕਰਾ ਰਹੀ ਹਾਂ ਠੀਕ ਹੈ ਕਿਉਂਕਿ ਆਪਾਂ ਨੂੰ ਪਤਾ ਹੈ 8ਥ ਕਲਾਸ ਤੱਕ ਦੇ ਲੈਵਲ ਦੇ ਜਿਹੜੇ ਕੁਐਸਚਨ ਨੇ ਐਫਸੀਏ ਦੇ एग्जाम ਦੇ ਵਿੱਚ ਆਉਣ ਵਾਲੇ ਨੇ ਤਾਂ ਇਸ ਕਰਕੇ ਜਿਆਦਾ ਹਾਈ ਲੈਵਲ ਦੇ ਕੁਐਸਚਨ ਮੈਂ ਨਹੀਂ ਲੈ ਕੇ ਆਂਦੀ ਕਿਉਂਕਿ ਉਹਦਾ ਫਾਇਦਾ ਵੀ ਕੋਈ ਨਹੀਂ ਨੋਲੇਜ ਤਾਂ ਜਿੰਨੀ ਮਰਜ਼ੀ ਇਕੱਠੀ ਕਰੀ ਜਾਓ ਆਪਣਾ ਮੇ ਤਾਂ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੈ ਕੁਐਸਚਨ ਨੰਬਰ 12ਵਾਂ ਇਹਦਾ ਹੈਗਾ ਜੀ 2933 ਕਿਲੋਮੀਟਰ ਠੀਕ ਹੈ 2933 ਕਿਲੋਮੀਟਰ ਜਿਹੜੀ ਹੈ ਦੂਰੀ ਹੈ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਨੇ ਆ ਉੱਤਰੀ ਦੱਖਣੀ ਹੈਗੀ ਜੀ 32 14 ਠੀਕ ਹੈ 32 14 ਤੇ ਇਹ ਵਾਲੀ ਹੈਗੀ ਜੀ 2933 2933 ਇਸ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਤਾਂ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਵਧਦੇ ਆ ਨੈਕਸਟ ਕੁਐਸਚਨ ਵੱਲ ਭਾਰਤ ਕਿੰਨੇ ਦੇਸ਼ਾਂ ਨਾਲ ਆਪਣਾ ਬਾਰਡਰ ਸਾਂਝਾ ਕਰਦਾ ਹੈ ਜਿਹੜਾ ਆਪਣਾ ਇੰਡੀਆ ਹੈ ਉਹ ਕਿੰਨੇ ਕੰਟਰੀਜ਼ ਦੇ ਨਾਲ ਜਿਹੜਾ ਆਪਣਾ ਬਾਰਡਰ ਨੂੰ ਸ਼ੇਅਰ ਕਰਦਾ ਹੈ ਤਾਂ ਇਹ ਕਰਦਾ ਹੈ ਜੀ 7 ਨਾਲ ਠੀਕ ਹੈ 7 ਕੰਟਰੀਜ਼ ਨੇ ਜਿਨ੍ਹਾਂ ਨਾਲ ਆਪਣਾ ਭਾਰਤ ਬਾਰਡਰ ਸ਼ੇਅਰ ਕਰਦਾ ਹੈ ਤਾਂ ਇਹ ਦੇਖ ਸਕਦੇ ਹੋ ਪੁਆਇੰਟ ਇੰਡੀਆ ਸ਼ੇਅਰਸ ਇਟਸ ਬਾਰਡਰ ਵਿਦ 7 ਕੰਟਰੀਜ਼ ਕਿਹੜੀਆਂ-ਕਿਹੜੀਆਂ ਨੇ 1 ਪੁਆਇੰਟ ਇਥੇ ਸ਼ੇਅਰਿੰਗ ਲੋਂਗੇਸਟ ਬਾਉਂਡਰੀ ਵਿਦ ਬੰਗਲਾਦੇਸ਼ ਮੈਂ ਤੁਹਾਨੂੰ ਦੱਸਿਆ ਸੀ ਨਾ ਬੰਗਲਾਦੇਸ਼ ਨਾਲ ਸਭ ਤੋਂ ਵੱਡੀ ਸੀਮਾ ਜਿਹੜਾ ਨਾ ਭਾਰਤ ਹੈ ਸ਼ੇਅਰ ਕਰਦਾ ਬਾਰਡਰ ਲਗਭਗ 4096 ਕਿਲੋਮੀਟਰ ਦਾ ਬਾਰਡਰ ਹੈ ਠੀਕ ਹੈ ਬੰਗਲਾਦੇਸ਼ ਹੋ ਗਿਆ ਚਾਈਨਾ ਹੋ ਗਿਆ ਪਾਕਿਸਤਾਨ ਨੇਪਾਲ ਮਿਆਂਮਾਰ ਪੂਟਾਨ ਅਫਗਾਨਿਸਤਾਨ ਇਸ ਤਰ੍ਹਾਂ ਦੀ ਜਿਹੜੀ 7 ਕੰਟਰੀਜ਼ ਨੇ ਉਹਨਾਂ ਨਾਲ ਆਪਣਾ ਇੰਡੀਆ ਜਿਹੜਾ ਬਾਰਡਰ ਸ਼ੇਅਰ ਕਰਦਾ ਹੈ ਇਹ ਵੀ ਕੁਐਸਚਨ ਜਿਹੜਾ ਬਿਲਕੁਲ ਇੰਪੋਰਟੈਂਟ ਹੈ ਤੇ ਤੁਸੀਂ ਦੇਖੋ ਜੇ ਘਰ 1 ਪੁਆਇੰਟ ਇਥੇ ਧਿਆਨ ਨਾਲ ਦੇਖਣਾ ਚਾਹੋ ਤਾਂ ਸਭ ਤੋਂ ਛੋਟਾ ਬਾਰਡਰ ਜਿਹੜਾ ਠੀਕ ਹੈ ਤਾਂ ਇਹ ਕੁਸ਼ਚਨ ਵੀ ਜਿਹੜਾ ਬਣ ਸਕਦਾ ਐ ਐਗਜ਼ਾਮ ਦੇ ਵਿੱਚ ਤਾਂ ਦੋ ਉਪਰਕਾਰ ਦੇ ਪੁਆਇੰਟ ਕਲੀਅਰ ਹੋ ਗਏ ਸਭ ਤੋਂ ਜ਼ਿਆਦਾ ਲੋਂਗੇਸਟ ਬਾਰਡਰ ਹੈਗਾ ਬੰਗਲਾਦੇਸ਼ ਨਾਲ ਸਭ ਤੋਂ স্মੋਲੇਸਟ ਹੈਗਾ ਅਫਗਾਨਿਸਤਾਨ ਨਾਲ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ ਸੱਤ ਕੰਟਰੀਜ਼ ਵਾਧਿਆ ਨੈਕਸਟ ਕੁਸ਼ਚਨ ਵੱਲ ਕਿਹੜੇ ਰਾਜ ਦੀ ਸਭ ਤੋਂ ਵੱਡੀ ਸਮੁੰਦਰੀ ਸੀਮਾ ਹੈ ਕਿਹੜਾ ਸਟੇਟ ਹੈ ਜਿਸ ਦੀ ਕਿ ਸਭ ਤੋਂ ਵੱਡੀ ਜਿਹੜੀ ਕੋਸਟਲਾਈਨ ਹੈ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਸੀ ਨਾ ਇੰਡੀਆ ਦਾ ਜਿਹੜਾ ਨੀਚਲਾ ਹਿੱਸਾ ਉਹ ਸਾਰਾ ਸਮੁੰਦਰ ਨਾਲ ਘਿਰਿਆ ਹੋਇਆ ਹੈ ਉਹਨਾਂ ਦੇ ਵਿੱਚੋਂ ਕਿਹੜੀ ਹੈ ਜੀ ਸਟੇਟ ਹੈ ਜਿਸ ਦੀ ਸਭ ਤੋਂ ਜ਼ਿਆਦਾ ਬਾਉਂਡਰੀ ਜਿਹੜੀ ਹੈ ਸਮੁੰਦਰ ਨਾਲ ਲੱਗਦੀ ਹੈ ਤਾਂ ਉਹ ਹੈਗਾ ਜੀ ਆਪਣਾ ਗੁਜਰਾਤ ਠੀਕ ਹੈ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਸਭ ਤੋਂ ਜ਼ਿਆਦਾ ਜਿਹੜੀ ਕੋਸਟਲਾਈਨ ਸਮੁੰਦਰੀ ਸੀਮਾ ਬਾਉਂਡਰੀ ਹੈ ਉਹ ਗੁਜਰਾਤ ਨਾਲ ਲੱਗਦੀ ਹੈ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਵਧਦੇ ਆ ਨੈਕਸਟ ਕੁਐਸਚਨ ਵੱਲ ਭਾਰਤ ਦਾ ਸਭ ਤੋਂ ਛੋਟਾ ਰਾਜ ਕਿਹੜਾ ਹੈ ਭਾਰਤ ਦਾ ਸ ਠੀਕ ਹੈ ਸਮਾਲੈਸਟ ਸਟੇਟ ਤਾਂ ਆਪਾਂ ਨੂੰ ਪਤਾ ਜਿਹੜਾ ਆਪਣਾ ਇੰਡੀਆ ਹੈ ਇਸ ਦਾ ਸਭ ਤੋਂ ਸਮਾਲੈਸਟ ਸਟੇਟ ਹੈਗਾ ਜੀ ਗੋਆ ਜਿੱਥੇ ਕਿ ਹੁਣ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਆਪਣੇ ਪੰਜਾਬ ਅਤੇ ਗੋਆ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਜਿੱਤੀ ਹੈ ਠੀਕ ਹੈ ਤਾਂ ਉਹ ਦੇਖੋ ਜਿਹੜਾ ਭਾਰਤ ਦਾ ਸਭ ਤੋਂ ਸਟੇਟ ਆ ਉਹ ਵੀ ਹੈਗਾ ਜੀ ਗੋਆ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ ਭਾਰਤ ਦਾ ਆਕਾਰ ਕਿਸ ਤਰ੍ਹਾਂ ਦਾ ਹੈ ਜੇਕਰ ਤੁਸੀਂ ਇੰਡੀਆ ਦੇ ਮੈਪ ਨੂੰ ਜ਼ੂਮ ਆਊਟ ਕਰਕੇ ਦੇਖੋ ਤਾਂ ਇਹ ਜਿਹੜਾ ਆਪਣਾ ਇੰਡੀਆ ਆਪਾਂ ਨੂੰ ਇੱਕ ਤਰਬੂਜ ਦੇ ਵਰਗਾ ਦਿਖੇਗਾ ਠੀਕ ਹੈ ਤਾਂ ਜਿਹੜਾ ਆਪਣਾ ਇੰਡੀਆ ਦਾ ਆਕਾਰ ਹੈ ਉਹ ਇੱਕ ਤਰ੍ਹਾਂ ਦਾ ਨਾ ਟ੍ਰਾਇੰਗਲ ਟ ਟਰੈਂਗਲ ਟਾਈਪ ਦਾ ਹੈ ਤਾਂ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਹੈ ਤ੍ਰਿਭੁਜਾਕਾਰ ਭਾਰਤ ਦਾ ਜਿਹੜਾ ਆਕਾਰ ਹੈ ਉਹ ਹੈਗਾ ਜੀ ਤ੍ਰਿਭੁਜਾਕਾਰ ਬਾਦਿਆ ਨੈਕਸਟ ਕੁਐਸਚਨ ਵੱਲ ਭਾਰਤ ਦਾ ਉੱਤਰੀ ਸਿਰਾ ਕਿਹੜਾ ਹੈ ਦੇਖੋ ਹੁਣ ਆਪਾਂ ਚਾਰ ਸਿਰੇ ਗੱਲ ਕਰਾਂਗੇ ਉੱਪਰ ਵਾਲਾ ਠੀਕ ਹੈ ਇਹ ਨੀਚਲਾ ਦੱਖਣ ਵਾਲਾ ਬਾਕੀ ਦੋ ਦਿਸ਼ਾਵਾਂ ਇਹ ਆਪਣਾ ਪੂਰਾ ਮੰਨ ਲਓ ਇੰਡੀਆ ਹੈ ਇਸ ਦੇ ਚਾਰੋ ਕੋਰਨਰ ਆਪਾਂ ਇਸ ਕੁਐਸਚਨ ਦੇ ਵਿੱਚ ਦੇਖਾਂਗੇ ਠੀਕ ਹੈ ਪਹਿਲਾ ਕੁਐਸਚਨ ਹੈ ਕਿ ਭਾਰਤ ਦਾ ਉੱਤਰੀ ਸਿਰਾ ਕਿਹੜਾ ਹੈ ਇਹ ਪੁੱਛਿਆ ਗਿਆ ਠੀਕ ਹੈ ਫਰੰਟ ਵਾਲਾ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਇੰਦਰਾ ਕੋਲ ਠੀ zoom out ਕਰਾਂਗੇ ਤਾਂ ਇੱਥੇ ਆਪਾਂ ਨੂੰ ਪਤਾ ਲੱਗੇਗਾ ਠੀਕ ਹੈ ਇੱਥੇ ਇੱਕ ਇੱਥੇ ਇੱਕ ਆਪਾਂ ਕਹਿ ਸਕਦੇ ਹਾਂ ਨਿਸ਼ਾਨ ਲਗਾ ਕੇ ਵੀ ਜਿੱਥੇ ਇੰਡੀਆ ਜਿਹੜਾ ਉਹ ਹੋ ਰਿਹਾ ਹੈ ਇੰਡੀਆ ਦੀ ਜਿਹੜੀ ਬਾਉਂਡਰੀ ਇੱਥੇ ਸ਼ੋ ਹੋ ਰਹੀ ਹੈ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਇੰਦਰਾ ਕੋਲ ਉੱਤਰ ਦੇ ਵਿੱਚ ਵਾਧਿਆ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਕਿ ਭਾਰਤ ਦਾ ਦੱਖਣੀ ਸਿਰਾ ਕਿਹੜਾ ਹੈ ਠੀਕ ਹੈ ਬਿਲਕੁਲ ਨੀਚੇ ਵਾਲਾ ਲਾਸਟ ਜਿੱਥੇ ਸ਼੍ਰੀਲੰਕਾ ਲੱਗਦੀ ਹੈ ਨਾ ਉੱਥੇ ਸ਼੍ਰੀਲੰਕਾ ਦੇ ਨੇੜੇ ਤਾਂ ਉੱਥੇ ਹੈਗਾ ਜੀ ਇੰਦਰਾ ਪੁਆਇੰਟ ਠੀਕ ਹੈ ਅੰਡੇਮਾਨ ਨਿਕੋਬਾਰ ਦਾ ਨਾਮ ਸੁਣਿਆ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਜਿਹੜਾ ਦੱਖਣੀ ਸਿਰੇ ਤੇ ਪੁਆਇੰਟ ਆ ਉਹ ਹੈਗਾ ਜੀ ਇੰਦਰਾ ਪੁਆਇੰਟ ਇਹ ਦੋਨੋਂ ਹੀ ਕੁਸ਼ਚਨ ਇੰਪੋਰਟੈਂਟ ਨੇ ਤਾਂ ਫਰਸਟ ਦੇ ਉੱਪਰ ਕੌਣ ਹੋਇਆ ਇੰਦਰਾ ਕੋਲ ਜੰਮੂ ਕਸ਼ਮੀਰ ਦੇ ਨੇੜੇ ਠੀਕ ਹੈ ਤੇ ਦੱਖਣੀ ਸਿਰਾ ਕਿਹੜਾ ਹੋਇਆ ਇੰਦਰਾ ਪੁਆਇੰਟ ਠੀਕ ਹੈ ਹੁਣ ਰਹਿ ਗਏ ਦੋ ਦਿਸ਼ਾਵਾਂ ਤਾਂ ਦੇਖੋ ਨੈਕਸਟ ਕੁਸ਼ਚਨ ਦੇ ਵਿੱਚ ਹੋਈ ਪੁੱਛਿਆ ਗਿਆ ਭਾਰਤ ਦਾ ਪੂਰਬੀ ਸਿਰਾ ਕਿਹੜਾ ਹੈ ਠੀਕ ਹੈ ਪੂਰਬੀ ਸਿਰਾ ਕਿਹੜਾ ਹੈ ਤਾਂ ਇਹ ਹੈਗਾ ਜੀ ਔਰਨਾਚਲ ਪ੍ਰਦੇਸ਼ ਦੇ ਵਿੱਚ ਕਿਬਥੂ ਕਿਬਥੂ ਨਾਮ ਹੈ ਦਾ ਠੀਕ ਹੈ ਆਪਸ਼ਨ ਤੇ ਜਿਹੜਾ ਪੱਛਮੀ ਸਿਰਾ ਹੈ ਉਹ ਹੈਗਾ ਜੀ ਮੋਤੀਗੁਹਾਰ ਠੀਕ ਹੈ ਦੋਨੋਂ ਕੁਐਸਚਨ ਦੇ ਵਿੱਚ ਆਪਾਂ ਨੂੰ ਪੂਰਬੀ ਤੇ ਪੱਛਮੀ ਸਿਰਾ ਪੁੱਛਿਆ ਗਿਆ ਸੀ ਦੇਖੋ ਦੁਬਾਰਾ ਰਿਪੀਟ ਕਰ ਦਿੰਨੇ ਆ ਮੰਨ ਲਓ ਇਹ ਆਪਣਾ ਇੰਡੀਆ ਹੈ ਠੀਕ ਹੈ ਉੱਪਰ ਵਾਲਾ ਹਿੱਸਾ ਜਿਹੜਾ ਹੈ ਇੱਥੇ ਹੈਗਾ ਆਪਣਾ ਇੰਦਰਾ ਕੋਲ ਠੀਕ ਹੈ ਬਿਲਕੁਲ ਉੱਤਰ ਦੇ ਵਿੱਚ ਤੇ نیچے ਹੈਗਾ ਬਿਲਕੁਲ ਇੰਦਰਾ ਪੁਆਇੰਟ ਇੱਥੇ ਕੋ ਉਹ ਪੁਆਇੰਟ ਹੈ ਠੀਕ ਹੈ ਜੇ ਇੰਦਰਾ ਪੁਆਇੰਟ ਜਿਹੜਾ ਹੈ ਇਸ ਦਾ ਦੱਖਣੀ ਸਿਰਾ ਹੈ ਸ਼੍ਰੀਲੰਕਾ ਦੇ ਸਾਈਡ ਹੈ ਨਾ ਅੰਡੇਮਾਨਿਕ ਕੋਬਾਰ ਦੇ ਤੇ ਦੇਖੋ ਇੱਧਰ ਜਿਹੜਾ ਗੁਜਰਾਤ ਦੇ ਵਾਲੇ ਸਾਈਡ ਹੈ ਇੱਥੇ ਹੈਗਾ ਜੀ ਮੋਤੀਗੁਹਾਰ ਬਿਲਕੁਲ ਲਾਸਟ ਪੁਆਇੰਟ ਤੇ ਇੱਥੇ ਜਿਹੜਾ ਨਾਚਲ ਪ੍ਰਦੇਸ਼ ਦੇ ਕੋਲ ਹੈ ਉਹ ਹੈਗਾ ਜੀ ਕਿਬਥੂ ਠੀਕ ਹੈ ਤਾਂ ਆਈ ਹੋਪ ਕਿ ਚਾਰੋ ਕੁਐਸਚਨ ਜਿਹੜੇ ਨੇ ਪੁਆਇੰਟ ਇਸ ਕੁਐਸਚਨ ਦੇ ਵਿੱਚੋਂ ਦੇਖੋ ਇੱਕ ਕੁਐਸਚਨ ਦੇ ਵਿੱਚ ਆਪਣੇ ਚਾਰ ਕੁਐਸਚਨ ਕਵਰ ਹੋ ਗਏ ਠੀਕ ਹੈ ਤਾਂ ਡਿਟੇਲ ਦੇ ਨਾਲ ਤਾਂ ਹੀ ਮੈਂ ਤੁਹਾਨੂੰ ਇਹ ਵੀਡੀਓ ਕਿਹਾ ਸੀ ਕਿ ਬਹੁਤ ਜ਼ਿਆਦਾ ਇਨਫੋਰਮੇਸ਼ਨ ਵਾਲੀ ਰਹਿਣ ਵਾਲੀ ਹੈ ਆਈ ਹੋਪ ਕਿ ਚਾਰੋ ਚੀਜ਼ ਵਾਧਿਆ ਨੈਕਸਟ ਕੁਐਸਚਨ ਵੱਲ ਭਾਰਤ ਦਾ ਸਭ ਤੋਂ ਘੱਟ ਬਾਰਡਰ ਕਿਹੜੇ ਦੇਸ਼ ਨਾਲ ਸਾਂਝਾ ਹੁੰਦਾ ਹੈ ਤਾਂ ਆਪਾਂ ਪਿੱਛੇ ਕੁਐਸਚਨ ਜੇਕਰ ਤੁਸੀਂ ਮੇਰਾ ਧਿਆਨ ਨਾਲ ਸੁਣਿਆ ਤਾਂ ਮੈਂ ਤੁਹਾਨੂੰ ਦੱਸਿਆ ਸੀ ਲਗਭਗ 106 ਕਿਲੋਮੀਟਰ ਜਿਹੜਾ ਆਪਣਾ ਇੰਡੀਆ ਹੈ ఆఫ్ਗਾਨਿਸਤਾਨ ਦੇ ਨਾਲ ਬਾਰਡਰ ਸ਼ੇਅਰ ਕਰਦਾ ਹੈ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਹੈ ਭਾਰਤ ਦਾ ਸਭ ਤੋਂ ਜਿਆਦਾ ਸਭ ਤੋਂ ਘੱਟ ਜਿਹੜਾ ਬਾਰਡਰ ਹੈ ਉਹ ఆఫ్ਗਾਨਿਸਤਾਨ ਦੇ ਨਾਲ ਦੇ ਨਾਲ ਸ਼ੇਅਰ ਹੁੰਦਾ ਹੈ ਠੀਕ ਹੈ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਹੈ ਸਭ ਤੋਂ ਵੱਧ ਕਿਹਦੇ ਨਾਲ ਸੀ ਯੈਸ ਬੰਗਲਾਦੇਸ਼ ਨਾਲ ਵਾਧਿਆ ਨੈਕਸਟ ਕੁਐਸਚਨ ਵਾਲ ਇਹ ਕੁਐਸਚਨ ਤੁਹਾਨੂੰ ਇੰਟਰਸਟਿੰਗ ਲੱਗੇਗਾ ਇਸ ਦੇ ਵਿੱਚ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਾਂਗੀ ਠੀਕ ਹੈ ਕੁਐਸਚਨ ਨੰਬਰ 22 ਹੈ ਭਾਰਤ ਦੇ ਕਿੰਨੇ ਗੁਆਂਢੀ ਦੇਸ਼ ਹਨ ਭਾਰਤ ਦੇ ਕਿੰਨੇ ਨੇਬਰਿੰਗ ਕੰਟਰੀਜ਼ ਨੇ ਠੀਕ ਹੈ ਕਿੰਨੇ ਨੇਬਰ ਕੰਟਰੀਜ਼ ਨੇ ਉਹ ਪੁੱਛਿਆ ਗਿਆ ਹੈ ਭਾਰਤ ਦੇ ਕਿੰਨੇ ਗੁਆਂਢੀ ਦੇਸ਼ ਨੇ ਤਾਂ ਮੈਂ ਤੁਹਾਨੂੰ ਦੱਸ ਦਵਾਂ ਭਾਰਤ ਦੇ 7 ਗੁਆਂਢੀ ਦੇਸ਼ ਨੇ ਇਹਨਾਂ ਨੂੰ ਯਾਦ ਕਰਨ ਦੀ ਟ੍ਰਿਕ ਜਦੋਂ ਮੈਂ ਅਜ਼ਮਾਈ ਸੀ ਉਹ ਮੈਂ ਤੁਹਾਨੂੰ ਦੱਸਾਂਗੀ ਦੇਖੋ ਹਸਣਾ ਨਹੀਂ ਹੈਗਾ ਠੀਕ ਹੈ ਟ੍ਰਿਕ ਹੈ ਇਹ ਟ੍ਰਿਕ ਦੇ ਨਾਲ ਕੁਐਸਚਨ ਜੇਕਰ ਯਾਦ ਹੁੰਦਾ ਤਾਂ ਬਹੁਤ ਵਧੀਆ ਗੱਲ ਹੈ ਟ੍ਰਿਕ ਹੈਗੀ ਹੈ ਜੀ ਮੈਂ ਬਚਪ ਤਾਂ ਦੇਖੋ ਇਹ ਜਿਹੜਾ ਕੁਐਸਚਨ ਹੈ ਇਹ ਪੁਆਇੰਟ ਕੋਟ ਹੈ ਠੀਕ ਹੈ ਇਸ ਨੂੰ ਦਿਮਾਗ ਦੇ ਵਿੱਚ ਰੱਖੋ ਇਹ ਸੈਂਟੈਂਸ ਨੂੰ ਮੈਂ ਬਚਪਨ ਵਿੱਚ ਐਮਬੀਏ ਕੀਤੀ ਤਾਂ ਦੇਖੋ ਮੈਂ ਤਾਂ ਬਚਪਨ ਆਪਾਂ ਨੇ ਦੋ ਵਰਡ ਲੈ ਲੈਣੇ ਨੇ ਬਚਪਨ ਤੇ ਐਮਬੀਏ ਠੀਕ ਹੈ ਬੱਬਾ ਬੱਬੇ ਤੋਂ ਬੰਗਲਾਦੇਸ਼ ਚੱਚੇ ਤੋਂ ਚੀਨ ਪੱਪੇ ਤੋਂ ਪਾਕਿਸਤਾਨ ਨੰਨੇ ਤੋਂ ਨੇਪਾਲ ਕਿੰਨੀਆਂ ਹੋ ਗਿਆ ਚਾਰ ਕੰਟਰੀਜ਼ ਉਸ ਤੋਂ ਬਾਅਦ ਐਮਬੀਏ ਐਮ ਤੋਂ ਮਿਆਂਮਾਰ ਬੀ ਤੋਂ ਭੂਟਾਨ ਏ ਤੋਂ ਅਫਗਾਨਿਸਤਾਨ ਤਾਂ ਟੋਟਲ ਕਿੰਨੀਆਂ ਕੰਟਰੀਜ਼ ਹੋ ਗਈਆਂ ਜੀ ਸੱਤ ਕੰਟਰੀਆਂ ਹੋ ਗਈਆਂ ਕਿ ਨਹੀਂ ਠੀਕ ਹੈ ਸੱਤ ਕੰਟਰੀਆ ਹੋ ਚੁੱਕੀਆਂ ਨੇ ਨਾ ਤਾਂ ਭਾਰਤ ਦੇ ਕਿੰਨੇ ਗੁਆਂਡੀ ਦੇਸ਼ ਨੇ ਸੱਤ ਗੁਆਂਡੀ ਦੇਸ਼ ਨੇ ਜੇਕਰ ਤੁਸੀਂ ਇਹ ਸੈਂਟੈਂਸ ਯਾਦ ਕਰ ਲਿਆ ਤਾਂ ਤੁਹਾਨੂੰ ਸੱਤ ਕੰਟਰੀਜ਼ ਆਰਾਮ ਨਾਲ ਆ ਜਾਣਗੀਆਂ ਠੀਕ ਹੈ ਲਰਨ ਹੋ ਜਾਣਗੀਆਂ ਦੇਖੋ ਕੁਛ ਨਿੱਤਾਂ ਇਦਾਂ ਵੀ ਆ ਸਕਦਾ ਹੈ ਮੰਨ ਲਓ ਤੁਹਾਨੂੰ ਚਾਰ ਕੰਟਰੀਜ਼ ਦਾ ਨਾਮ ਦਿੱਤਾ ਹੋਵੇ ਤੇ ਉਹਨਾਂ ਦੇ ਵਿੱਚੋਂ ਪੁੱਛਿਆ ਗਿਆ ਹੋਵੇ ਕਿ ਇਹਨਾਂ ਵਿੱਚੋਂ ਕਿਹੜੀ ਕੰਟਰੀ ਹੈ ਜਿਸ ਦੇ ਨਾਲ ਭਾਰਤ ਜਿਹੜਾ ਗੁਆਂਡੀ ਦੇਸ਼ ਨਹੀਂ ਹੈਗਾ ਜਿਸ ਦਾ ਠੀਕ ਹੈ ਜਿਸ ਦੇ ਨਾਲ ਆਪਣਾ ਜਿਹੜਾ ਭਾਰਤ ਹੈ ਉਸ ਦੇ ਗਵਾਂਡ ਦੇ ਵਿੱਚ ਨਹੀਂ ਪੈਂਦਾ ਹੈਗਾ ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਕੁਐਸਚਨ ਬਣਾ ਸਕਦੇ ਆ ਤਾਂ ਦੇਖੋ ਤੁਹਾਨੂੰ ਜੇਕਰ ਸਾਰੇ ਹੀ ਕੰਟਰੀਜ਼ ਯਾਦ ਹੋਣੀਆਂ ਹੈ ਤਾਂ ਤੁਸੀਂ ਆਪਸ਼ਨ ਜਿਹੜਾ ਹੈ ਆਰਾਮ ਨਾਲ ਐਲੀਮੀਨੇਟ ਕਰ ਪਾਉਗੇ ਠੀਕ ਹੈ ਆਈ ਹੋਪ ਕਿ ਤੁਸੀਂ ਮੇਰਾ ਪੁਆਇੰਟ ਜਿਹੜਾ ਹੈ ਕੈਚ ਅਪ ਕਰ پا ਰਹੇ ਹੋ ਠੀਕ ਹੈ ਤਾਂ ਦੇਖੋ ਮੈਂ ਇਹ ਟ੍ਰਿਕ ਨਾਲ ਹੀ ਇਹ ਕੁਐਸਚਨ ਯਾਦ ਕੀਤੇ ਸੀ ਠੀਕ ਹੈ ਆਪਣੇ ਟਾਈਮ ਜਦੋਂ ਮੈਂ ਆਪਣੀ ਗੱਲ ਕਰ ਰਹੀ ਆ ਆਈ ਹੋਪ ਕਿ ਤੁਹਾਨੂੰ ਇਹ ਟ੍ਰਿਕ ਵਧੀਆ ਲੱਗੀ ਹੋਵੇਗੀ ਬੜੀ ਈਜ਼ੀ ਜੀ ਹੈ ਠੀਕ ਹੈ ਇੱਕ ਤੁਹਾਨੂੰ ਮੁਤਾਜਮਾ ਸਾਰਕ ਵਾਲੀ ਵੀ ਹੈਗੀ ਐਦਾਂ ਅਲੱਗ-ਅਲੱਗ ਜਦੋਂ ਐਸਐਸਟੀ ਨੂੰ ਕਿਉਂਕਿ ਆਪਾਂ ਨੂੰ ਪਤਾ ਹੈ ਨੌਲੇਜ ਜਿੰਨੀ ਮਰਜ਼ੀ ਇਕੱਠੀ ਕਰ ਲੋ ਇਸ ਤਰ੍ਹਾਂ ਤਾਂ ਦਿਮਾਗ ਦੇ ਵਿੱਚ ਜਿਹੜੀ ਐ ਖਿਚੜੀ ਬਣ ਜੇਗੀ ਠੀਕ ਹੈ ਦੇਖਾ ਟ੍ਰਿਕ ਨਾਲ ਕੁਐਸਚਨ ਯਾਦ ਕਰੀ ਤਾਂ ਲੰਬੇ ਸਮੇਂ ਤੱਕ ਯਾਦ ਰਹਿੰਦੀਆਂ ਨੇ ਠੀਕ ਹੈ ਤਾਂ ਇਹ ਟ੍ਰਿਕ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਮੈ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਸੱਤ ਕੰਟਰੀਜ਼ ਇਹ ਸੱਤ ਕੰਟਰੀਜ਼ ਨੇ ਉਹ ਵਾਧਿਆ ਨੈਕਸਟ ਕੁਐਸਚਨ ਵੱਲ ਭਾਰਤ ਵਿੱਚ ਜਲੋੜੀ ਮਿੱਟੀ ਕਿਹੜੇ-ਕਿਹੜੇ ਰਾਜਾਂ ਦੇ ਵਿੱਚ ਪਾਈ ਜਾਂਦੀ ਹੈ ਤਾਂ ਭਾਰਤ ਦੇ ਵਿੱਚ ਜਿਹੜੀ ਜਲੋੜੀ ਸੋਰੀ ਜਲੋੜੀ ਮਿੱਟੀ ਆ ਉਹ ਪਾਈ ਜਾਂਦੀ ਹੈ ਜੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ অপਸ਼ਨ ਨੰਬਰ ਡੀ ਠੀਕ ਹੈ ਕਿਉਂਕਿ অপਸ਼ਨ ਨੰਬਰ ਡੀ ਦੇ ਵਿੱਚ ਆਪਾਂ ਤਿੰਨੋਂ ਹੀ ਆਪਸ਼ਨ ਦਿੱਤੀਆਂ ਗਈਆਂ ਨੇ ਆਪਾਂ ਨੂੰ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਉਪਰੋਕਤ ਸਾਰੇ ਤਾਂ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ ਡੀ ਹੈ ਵਾਧਿਆ ਨੈਕਸਟ ਕੁਐਸਚਨ ਵੱਲ ਭਾਰਤ ਦਾ ਕਿਹੜਾ ਕੀਤਾ ਕਿਹੜਾ ਪ੍ਰੋਫੈਸ਼ਨ ਹੈ ਜਿਹੜਾ ਜ਼ਿਆਦਾ ਜ਼ਿਆਦਾਤਰ ਪਾਇਆ ਜਾਂਦਾ ਹੈ ਭਾਰਤ ਦੇ ਵਿੱਚ ਖੇਤੀਬਾੜੀ ਉਦਯੋਗ ਮੱਛੀ ਪਾਲਣ ਜਾਂ ਕੋਈ ਨਹੀਂ ਤਾਂ ਭਾਰਤ ਦੇ ਵਿੱਚ ਜ਼ਿਆਦਾਤਰ ਜਿਹੜਾ ਪ੍ਰੋਫੈਸ਼ਨ ਹੈ ਉਹ ਅਪਣਾਇਆ ਜਾਂਦਾ ਹੈ ਜੀ ਖੇਤੀਬਾੜੀ ਠੀਕ ਹੈ ਖੇਤੀਬਾੜੀ ਵਾਲਾ ਕੀਤਾ ਜਿਹੜਾ ਜ਼ਿਆਦਾ ਅਪਣਾਇਆ ਜਾ ਰਿਹਾ ਹੈ ਭਾਰਤ ਦੇ ਵਿੱਚ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਜ਼ਿਆਦਾਤਰ ਖੇਤੀ ਲੋਕ ਕਰਦੇ ਨੇ ਠੀਕ ਹੈ ਐਗਰੀਕਲਚਰ ਵਾਧਿਆ ਨੈਕਸਟ ਕੁਐਸਚਨ ਵੱਲ ਪਾਰੇ ਵਿੱਚ ਕਿੰਨੇ ਤਰ੍ਹਾਂ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤਾਂ ਪਾਰੇ ਦੇ ਵਿੱਚ ਤਿੰਨ ਪ੍ਰਕਾਰ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਖਰੀਫ ਫਸਲ ਰਬੀ ਜੈਦ ਪ੍ਰੋਕਤ ਸਾਰੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ অপਸ਼ਨ ਨੰਬਰ ਡੀ ਮੈਂ ਤੁਹਾਨੂੰ ਦੱਸ ਦਿੰਨੀ ਆ ਖਰੀਫ ਫਸਲਾਂ ਕਿਹੜੀਆਂ ਨੇ ਰਬੀ ਕਿਹੜੀਆਂ ਨੇ ਜੈਦ ਕਿਹੜੀਆਂ ਨੇ ਦੇਖੋ ਖਰੀਫ ਫਸਲਾਂ ਜਿਹੜੀਆਂ ਹੁੰਦੀਆਂ ਨੇ ਜਿੱਦ ਆਪਾਂ ਨੂੰ ਪਤਾ ਬਹੁਤ ਸਾਰੀਆਂ ਫਸਲਾਂ ਉਗਾਂਦੀਆਂ ਨੇ ਦੇਖੋ ਖਰੀਫ ਫਸਲਾਂ ਹੋ ਗਿਆ ਚਾਵਲ ਰਬੀ ਫਸਲ ਕਣਕ ਜੈਦ ਦੇਖੋ ਜੈਦ ਫਸਲਾਂ ਬਾਰੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਜੈਦ ਫਸਲਾਂ ਉਹ ਹੁੰਦੀਆਂ ਨੇ ਜਿੱਦਾਂ ਮੰਨ ਲਓ ਮੌਸਮ ਹੁੰਦਾ ਹੈ ਆਪਾਂ ਪਿੰਡੀਆਂ ਲਗਾ ਲੈਣੇ ਆ ਤੋਰੀਆਂ ਲਗਾ ਦੰਨੇ ਆ ਟਿੰਡੇ ਲਗਾ ਦੰਨੇ ਆ ਠੀਕ ਹੈ ਕਰੇਲੇ ਹੋਗੇ ਤਾਂ ਇਦਾਂ ਦੀ ਜਿਹੜੀ ਸਬਜ਼ੀਆਂ ਨੇ ਉਹਨਾਂ ਨੂੰ ਜੈਦ ਫਸਲਾਂ ਕਹਿ ਦਿੰਦੇ ਨੇ ਠੀਕ ਹੈ ਤਾਂ ਆਪਸ਼ਨ ਨੰਬਰ ਸੀ ਵੀ ਇਸ ਦਾ ਜੈਦ ਜਿਹੜਾ ਰਾਈਟ ਆਨਸਰ ਹੈ ਦੇਖੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ ਭਾਰਤ ਦੇ ਵਿੱਚ ਖਰੀਫ ਫਸਲਾਂ ਉਗਾਈਆਂ ਜਾਂਦੇ ਨੇ ਰਬੀ ਫਸਲਾਂ ਵਗਾਈਆਂ ਜਾਂਦੇ ਨੇ ਜੈਦਵੀ ਇਹ ਕਿਉਂ ਤਿੰਨ ਟਾਈਪ ਦੇ ਆ ਨੇ ਕਿਉਂਕਿ ਦੇਖੋ ਜਿਹੜੀਆਂ ਆਪਾਂ ਨੂੰ ਪਤਾ ਹੈ ਆਪਣੇ ਪੰਜਾਬ ਦੇ ਸੌਰੀ ਭਾਰਤ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਨੇ ਤਾਂ ਉਸ ਦੇ ਅਕੋਰਡਿੰਗ ਜਿਹੜੀਆਂ ਫਸਲਾਂ ਉਗਾਈਆਂ ਜਾ ਰਹੀਆਂ ਨੇ ਠੀਕ ਹੈ ਤਾਂ ਆਈ ਹੋਪ ਕਿ ਤੁਸੀਂ ਇਹ ਪੁਆਇੰਟ ਜਿਹੜਾ ਸਮਝ ਗਏ ਹੋਵੋਗੇ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਵਾਦਿਆ ਨੈਕਸਟ ਕੁਐਸਚਨ ਵੱਲ ਭਾਰਤ ਚ ਹਰੀ ਕ੍ਰਾਂਤੀ ਦਾ ਪ੍ਰਭਾਵ ਕਿਸ ਚੀਜ਼ ਤੇ ਪਿਆ ਭਾਰਤ ਦਾ ਹਰੀ ਕ੍ਰਾਂਤੀ ਤੇ ਪ੍ਰਭਾਵ ਕਿਸ ਚੀਜ਼ ਦਾ ਪਿਆ ਤਾਂ ਨੂੰ ਦੱਸ ਦੇ ਕਿ ਦੇਖੋ ਇੰਡੀਆ ਦੇ ਵਿੱਚ ਗ੍ਰੀਨ ਰਿਵੋਲੂਸ਼ਨ ਆਈ ਸੀ ਠੀਕ ਹੈ ਹਰੀ ਕ੍ਰਾਂਤੀ ਉਸ ਦਾ ਜਿਹੜਾ ਜ਼ਿਆਦਾਤਰ ਪ੍ਰਭਾਵ ਪਿਆ ਸੀ ਉਹ ਪਿਆ ਸੀ ਜੀ ਖੇਤੀਬਾੜੀ ਤੇ ਠੀਕ ਹੈ ਖੇਤੀਬਾੜੀ ਜੇ ਆਪਾਂ ਫਸਲਾਂ ਕਹਿ ਸਕਦੇ ਹਾਂ ਫਸਲਾਂ ਤੇ ਪਿਆ ਸੀ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਦੇਖੋ ਜਿਹੜਾ ਆਪਣਾ ਕਣਕ ਉਤਪਾਦਨ ਹੋ ਗਿਆ ਚਾਵਲ ਪਾਦਨ ਫਸਲਾਂ ਦੇ ਪ੍ਰੋਡਕਸ਼ਨ ਦੇ ਵਿੱਚ ਹਰੀ ਕ੍ਰਾਂਤੀ ਨੇ ਇੱਕ ਬਹੁਤ ਵੱਡਾ ਚੇਂਜ ਲੈ ਕੇ ਆਈ ਸੀ ਠੀਕ ਹੈ ਲਗਭਗ 1967-68 ਦੇ ਵਿੱਚ ਇਹ ਹਰੀ ਕ੍ਰਾਂਤੀ ਆਈ ਸੀ ਜਿਸ ਦੇ ਕਿ ਆਪਾਂ ਕਹਿ ਸਕਦੇ ਹਾਂ ਫਾਦਰ ਆਫ ਹਰੀ ਕ੍ਰਾਂਤੀ ਐਮ ਐਸ ਸੁਆਮੀਨਾਥਨ ਨੂੰ ਠੀਕ ਹੈ ਤਾਂ ਉਸ ਸਮੇ ਜਿਹੜਿਆ ਜਿਹੜੀ ਆਪਣੀਆਂ ਫਸਲਾਂ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਸੀ ਬਹੁਤ ਜ਼ਿਆਦਾ ਜਿਹੜੀ ਹੈ ਇੰਡੀਆ ਦੀ ਇਕਨੋਮੀ ਉੱਪਰ ਗਈ ਸੀ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ অপਸ਼ਨ ਨੰਬਰ ਏ ਫਸਲਾਂ ਵਾਧਿਆ ਨੈਕਸਟ ਕੁਐਸਚਨ ਵੱਲ ਭਾਰਤ ਵਿੱਚ ਕੋਲਾ ਸਭ ਤੋਂ ਵੱਧ ਕਿਸ ਰਾਜ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗੇ ਜੀ অপਸ਼ਨ ਨੰਬਰ ਸੀ ਠੀਕ ਹੈ ਝਾਰਖੰਡ ਭਾਰਤ ਦੇ ਵਿੱਚ ਜ਼ਿਆਦਾਤਰ ਕੋਲਾ ਜਿਹੜਾ ਝਾਰਖੰਡ ਦੇ ਵਿੱਚ ਪਾਇਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਝਾਰਖੰਡ ਦਾ ਜਿਹੜਾ ਪਾਣੀ ਹੈ ਉਹ ਵੀ ਉੱਥੋਂ ਦਾ ਪਾਣੀ ਜਿਹੜਾ ਕਾਲਾ ਰੰਗ ਦਾ ਹੁੰਦਾ ਹੈ ਠੀਕ ਹੈ ਜਿਹੜਾ ਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰੀ ਰਿਸ਼ਤੇਦਾਰ ਦੇ ਵਿੱਚ ਇੱਕ ਹੈਗੇ ਨੇ ਜਿਹੜੇ ਕਿ ਚਾਰਖੰਡ ਮਤਲਬ ਆਰਮੀ ਦੇ ਵਿੱਚ ਸੀ ਉਹਨਾਂ ਦੇ ਜਿਹੜੇ ਕੁਆਟਰ ਨੇ ਉਹ ਚਾਰਖੰਡ ਦੇ ਵਿੱਚ ਮਿਲੇ ਸੀ ਉਹਨਾਂ ਨੂੰ ਠੀਕ ਹੈ ਤੇ ਜੇ ਚਾਰਖੰਡ ਦੇ ਵਿੱਚ ਰਹਿੰਦੇ ਹੋ ਜਦੋਂ ਸਾਡੇ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਤਾਂ ਉਹ ਦੱਸਦੇ ਸੀ ਕਿ ਉਹਨਾਂ ਦਾ ਜਿਹੜਾ ਪਾਣੀ ਆ ਉੱਥੋਂ ਦਾ ਬਿਲਕੁਲ ਕਾਲਾ ਹੈ ਠੀਕ ਹੈ ਮਤਲਬ ਬੜਾ ਅਜੀਬ ਜਿਹਾ ਕਲਰ ਦਾ ਪਾਣੀ ਹੈ ਵੀ ਉਹ ਕਹਿੰਦੇ ਸੀ ਵੀ ਪੀਤਾ ਨਹੀਂ ਸਕਦੇ ਹੈਗੇ ਕਿਉਂਕਿ ਦੇਖੋ ਉਹ ਪੰਜਾਬ ਦੇ ਰਹਿਣ ਵਾਲੇ ਸੀ ਤੇ ਉਹਨਾਂ ਦੀ ਜਿਹੜੀ ਆਰਮੀ ਦੀ ਡਿਊਟੀ ਕਰਕੇ ਉਹਨਾਂ ਨੂੰ ਚਾਰਖੰਡ ਡਿਊਟੀ ਮਿਲੀ ਸੀ ਠੀਕ ਹੈ ਤਾਂ ਉਹਨਾਂ ਨੇ ਫਿਲਟਰ ਵਗੈਰਾ ਲਗਾਇਆ ਹੋਇਆ ਸੀ ਤਾਂ ਇਸ ਕਰਕੇ ਪੀਣ ਵਾਲਾ ਪਾਣੀ ਤਾਂ ਚਲੋ ਸਾਫ ਸ਼ੁੱਧ ਪੀ ਲੈਂਦੇ ਸੀ ਲੇਕਿਨ ਉਹ ਦੱਸਦੇ ਸੀ ਕਿ ਦੇਖੋ ਜਿਹੜਾ ਫਰਸ਼ ਹੈ ਨਾ ਉਸਤੇ ਵੀ ਆਪਾਂ ਨੰਗੇ ਪੈਰ ਚੱਲ ਨਹੀਂ ਸਕਦੇ ਝਾਰਖੰਡ ਦੇ ਵਿੱਚ ਕਿਉਂਕਿ ਉੱਥੋਂ ਦਾ ਜਿਹੜਾ ਵਾਤਾਵਰਣ ਹੈ ਉਹ ਇਸ ਇਸ ਤਰ੍ਹਾਂ ਦਾ ਜਿਹੜਾ ਹੋ ਚੁੱਕਿਆ ਕਿਉਂਕਿ ਜ਼ਿਆਦਾਤਰ ਕੋਲਾ ਪਾਇਆ ਜਾਂਦਾ ਹੈ ਠੀਕ ਹੈ ਤਾਂ ਇਹ ਜੀ ਜਗ੍ਹਾ ਜਿੱਥੇ ਜ਼ਿਆਦਾਤਰ ਕੋਲਾ ਪਾਇਆ ਜਾਵੇ ਤਾਂ ਆਪਾਂ ਨੂੰ ਪਤਾ ਹੈ ਕਿ ਉਹ ਉੱਥੇ ਦਾ ਜਿਹੜਾ এনवायरमेंट ਹੈ ਉਹ ਉਸੇ ਅਕੋਰਡਿੰਗ ਦਾ ਬਣ ਜਾਂਦਾ ਹੈ ਠੀਕ ਹੈ ਤਾਂ ਬਹੁਤ ਕੁਝ ਸੋਣ ਨੂੰ ਦੇਖਣ ਨੂੰ ਮਿਲਿਆ ਸੀ ਝਾਰਖੰਡ ਠੀਕ ਹੈ ਤਾਂ ਝਾਰਖੰਡ ਦੇ ਵਿੱਚ ਸਭ ਤੋਂ ਵੱਧ ਕੋਲਾ ਪਾਇਆ ਜਾਂਦਾ ਹੈ ਹਾਲਾਂਕਿ ਉੜੀਸਾ ਛੱਤੀਸਗੜ੍ਹ ਦੇ ਵਿੱਚ ਵੀ ਪਾਇਆ ਜਾਂਦਾ ਹੈ ਲੇਕਿਨ ਸਭ ਤੋਂ ਵੱਧ ਦੀ ਗੱਲ ਕਰੀਏ ਤਾਂ ਝਾਰਖੰਡ ਦੇ ਵਿੱਚ ਹੈ ਤਾਂ ਨੈਕਸਟ ਨੈਕਸਟ ਕੁਐਸਚਨ ਹੈ ਵਧਦੇ ਆ ਭਾਰਤ ਚ ਸਭ ਤੋਂ ਵੱਧ ਲੋਹਾ ਕਿਸ ਰਾਜ ਦੇ ਵਿੱਚ ਪਾਇਆ ਜਾਂਦਾ ਹੈ ਕੁਐਸਚਨ ਹੈ ਆਇਰਨ ਠੀਕ ਹੈ ਸਭ ਤੋਂ ਵੱਧ ਆਇਰਨ ਭਾਰਤ ਦੇ ਵਿੱਚ ਕਿਹੜੇ ਰਾਜ ਦੇ ਵਿੱਚ ਪਾਇਆ ਜਾਂਦਾ ਤਾਂ ਇਹ ਪਾਇਆ ਜਾਂਦੇ是 ਉੜੀਸਾ ਦੇ ਵਿੱਚ ਜਿੰਨੇ ਵੀ ਕੁਐਸਚਨ ਕਰਾ ਰਹੀਆਂ ਇਹ ਸਾਰੇ ਇੰਪੋਰਟੈਂਟ ਨੇ ਜੀ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਤੇ ਪੂਰੇ ਪੂਰੇ ਜਿੰਨੇ ਕੁਐਸਚਨ ਕਰਾ ਰਹੀਆਂ ਟੌਪ 50 ਇਹ ਕੁਐਸਚਨ ਦਾ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਂ ਅਵੇਲੇਬਲ ਕਰਾ ਦੇਵਾਂਗੀ ਜੇਕਰ ਤੁਸੀਂ ਟੈਲੀਗ੍ਰਾਮ ਗਰੁੱਪ ਨਾਲ ਨਹੀਂ ਜੁੜੇ ਹੈਗੇ ਤਾਂ ਜਰੂਰ ਜੁੜੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਪੂਰਾ ਪੀਡੀਐਫ ਜਿਹੜਾ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜੇਗਾ ਠੀਕ ਹੈ ਤਾਂ ਉੱਥੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ ਭਾਰਤ ਦਾ ਸਭ ਤੋਂ ਪੁਰਾਣਾ ਤੇਲ ਉਤਪਾਦਨ ਵਾਲਾ ਰਾਜ ਕਿਹੜਾ ਹੈ ਕਿਹੜਾ ਸਟੇਟ ਹੈ ਜਿੱਥੇ ਜਿਹੜਾ ਕਿ ਬਹੁਤ ਜ਼ਿਆਦਾ 올ਡੇਸਟ ਹੈ ਤੇਲ ਉਤਪਾਦ ਕਰਨ ਦੇ ਵਿੱਚ ਠੀਕ ਹੈ ਤੇਲ ਨੂੰ ਪੈਦਾ ਕਰਨ ਦੇ ਵਿੱਚ ਤਾਂ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਅਸਾਮ ਅਸਾਮ ਦੇ ਵਿੱਚ ਇੱਕ ਜਗ੍ਹਾ ਹੈ ਡਿਗਬੋਈ ਠੀਕ ਹੈ ਡਿਗਬੋਈ ਡਿਗਬੋਈ ਨਾਮ ਦੀ ਜਗ੍ਹਾ ਹੈ ਅਸਾਮ ਦੇ ਵਿੱਚ ਉਸ ਜਗ੍ਹਾ ਤੇ ਸਭ ਤੋਂ ਜ਼ਿਆਦਾ ਤੇਲ ਪੈਦਾ ਕੀਤਾ ਜਾਂਦਾ ਹੈ ਠੀਕ ਹੈ ਤੇਲ ਉਤਪਾਦਨ ਦੇ ਵਿੱਚ ਅਸਾਮ ਜਿਹੜਾ ਹੈ ਸਭ ਤੋਂ ਪੁਰਾਣਾ ਹੈ ਤਾਂ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਭਾਰਤੀ ਰੇਲਵੇ ਸਿਸਟਮ ಏਸ਼ੀਆ ਦਾ ਕਿੰਨਾ ਵੱਡਾ ਸਿਸਟਮ ਹੈ ਇੰਡੀਅਨ ਰੇਲਵੇ ਸਿਸਟਮ ਇਸ ਦਾ ਡੈਸ਼ ਲਾਰਜੈਸਟ ਇਨ ಏਸ਼ੀਆ ਠੀਕ ਹੈ ಏਸ਼ੀਆ ਦੇ ਅਕੋਰਡਿੰਗ ਆਪਣਾ ਜਿਹੜਾ ਇੰਡੀਆ ਦਾ ਰੇਲਵੇ ਸਿਸਟਮ ਹੈ ਉਹ ਕਿੰਨਾ ਸਿਸਟਮ ਹੈ ਠੀਕ ਹੈ ਇਹ ਪੁੱਛਿਆ ਗਿਆ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਉਹ ਹੈਗਾ ਜੀ ਆਪਸ਼ਨ ਨੰਬਰ A ਕਿ ਜਿਹੜਾ ਆਪਣਾ ਇੰਡੀਅਨ ਰੇਲਵੇ ਸਿਸਟਮ ਹੈ ਉਹ ਅਕੋਰਡਿੰਗ ਟੂ ਏਸ਼ੀਆ ਸੈਕੰਡ ਲਾਰਜੇਸਟ ਸਿਸਟਮ ਹੈ ਠੀਕ ਹੈ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੈ ਤੇ ਜੇ ਗੱਲ ਕਰੀਏ ਵਰਲਡ ਦੇ ਅਕੋਰਡਿੰਗ ਦੇਖੋ ਏਸ਼ੀਆ ਦੇ ਅਕੋਰਡਿੰਗ ਕਿੰਵਾ ਹੈ ਸੈਕੰਡ ਠੀਕ ਹੈ ਤੇ ਵਰਲਡ ਦੇ ਅਕੋਰਡਿੰਗ ਗੱਲ ਕਰੀਏ ਤਾਂ ਕਿੰਵਾ ਹੈ ਫੋਰਥ ਇਹ ਪੁਆਇੰਟ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਕਵਰ ਕਰਨਾ कंफ्यूज ਨਹੀਂ ਹੋਣਾ ਹੈਗਾ ਠੀਕ ਹੈ ਏਸ਼ੀਆ ਦੇ ਅਕੋਰਡਿੰਗ ਸੈਕੰਡ ਹੈ ਵਰਲਡ ਦੇ ਅਕੋਰਡਿੰਗ ਫੋਰਥ ਹੈ ਕੌਣ ਰੇਲਵੇ ਸਿਸਟਮ ਕਿਸ ਦਾ ਭਾਰਤ ਦਾ ਠੀਕ ਹੈ ਤਾਂ ਇਹ ਵੀ ਪੰਜ ਤੁਸੀਂ ਧਿਆਨ ਦੇ ਵਿੱਚ ਰੱਖਿਓ ਪਾਰ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਕਿਹੜਾ ਹੈ ਜਿਹੜਾ ਆਪਣਾ ਇੰਡੀਆ ਹੈ ਉਸ ਦਾ ਸਭ ਤੋਂ ਲੋਂਗੇਸਟ ਰੇਲਵੇ ਪਲੇਟਫਾਰਮ ਕਿਹੜਾ ਹੈ ਤਾਂ ਇਹ ਹੈਗਾ ਜੀ ਗੋਰਖਪੁਰ ਰੇਲਫੀ ਪਲੇਟਫਾਰਮ ਠੀਕ ਹੈ ਐਕਚੁਅਲੀ ਮੇਰਾ ਗਲਾ ਦਰਦ ਕਰਨ ਲੱਗ ਗਿਆ ਬੋਲ ਬੋਲ ਕੇ ਹੋ ਜਾਂਦਾ ਹੈ ਨਾ ਕਦੇ ਕਦੇ ਵੀ ਆਪਾਂ ਨੂੰ ਹਮੇਸ਼ਾ ਲਗਾਤਾਰ ਬੋਲ ਰਹੀ ਆ ਨਾ ਮੈਨੂੰ ਐਦਾ ਹੋ ਰਿਹਾ ਹੈ ਕਿ ਵੀਡੀਓ ਨੂੰ ਮੈਂ ਨਾ ਰੋਕਾਂ ਜਸਟ ਇਕੱਠੇ ਕੁਐਸਚਨ 50 ਕਵਰ ਕਰਾ ਦਾਂ ਪਹਿਲਾਂ ਮੈਂ ਇਦਾਂ ਕਰਦੀ ਹੁੰਦੀ ਸੀ ਮੈਂ ਤੁਹਾਨੂੰ ਦੱਸ ਦਵਾਂ ਜਿੱਦਾਂ ਮੰਨ ਲਓ 25 ਕੁਐਸਚਨ ਪਹਿਲਾਂ ਕਰਾਤੇ 25 ਕੁਐਸਚਨ ਬਾਅਦ ਚ ਵੀ ਐਪਲੱਸ ਕਰ ਦਿੰਦੇ ਸੀ ਵੀ ਰੋਕ ਕੇ ਵੀਡੀਓ ਦੁਬਾਰਾ ਬਣਾ ਲੈਂਦੀ ਸੀ ਇਹਦਾ ਪਾਣੀ ਵਗੈਰਾ ਪੀ ਕੇ ਠੀਕ ਹੈ ਬਟ ਇਸ ਟਾਈਮ ਮੇਰਾ ਗਲਾ ਬਹੁਤ ਜ਼ਿਆਦਾ ਹੋ ਘਰ ਰਿਹਾ ਹੈ ਕਿ ਬਸ ਜਲਦੀ ਜਲਦੀ ਕੁਐਸਚਨ ਕਵਰ ਕਰਾ ਦਾਂ ਚਲੋ ਇਹ ਗੱਲ ਲੱਗ ਗਈ ਹੈ ਭਾਰਤ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਕਿਹੜਾ ਹੈ ਦੇਖੋ ਤੁਸੀਂ ਹੱਸਣਾ ਨਹੀਂ ਹੈਗਾ ਮੈਨੂੰ ਪਤਾ ਹੈ ਕਈ ਕੈਂਡੀਡੇਟਸ ਐਦਾਂ ਦੇ ਹੋਣਗੇ ਜਿਹੜੇ ਬਾਅਦ ਦੇ ਵਿੱਚ ਸੋਚਦੇ ਹੋਣੇ ਕਿ ਮੈਡਮ ਪੜ੍ਹਾਉਂਦੀ ਘੱਟ ਹੈ ਹਸਾਂਦੀ ਜ਼ ਤਾਨੂੰ ਪੜਾਉਣ ਵਾਲਾ ਉਹ ਗੱਲ ਲੱਗ ਜਾਂਦੀ ਹੈ ਕਿ ਵਿਚ ਵਿਚਾਰੇ ਕਦੇ-ਕਦੇ ਆਪਣੀ ਆਪਣੀ ਆਪਾਂ ਨੂੰ ਸਿਚੁਏਸ਼ਨ ਕਹਿਣੀ ਪੈ ਜਾਂਦੀ ਹੈ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਗੌਰਖਪੁਰ ਰੇਲਵੇ ਪਲੇਟਫਾਰਮ ਠੀਕ ਹੈ ਭਾਰਤ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਕਿਹੜਾ ਹੈ ਗੌਰਖਪੁਰ ਰੇਲਵੇ ਪਲੇਟਫਾਰਮ ਠੀਕ ਹੈ ਗੂਗਲ ਤੇ ਤੁਸੀਂ ਸਰਚ ਕਰ ਸਕਦੇ ਹੋ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਵਾਧਿਆ ਨੈਕਸਟ ਕੁਐਸਚਨ ਵਾਲ ਭਾਰਤ ਚ ਸਭ ਤੋਂ ਪਹਿਲੀ ਵਾਰ ਟ੍ਰੇਨ ਕਦੋਂ ਠੀਕ ਹੈ ਜਦੋਂ ਆਪਣਾ ਇੰਡੀਆ ਇਸ ਦੇ ਵਿੱਚ ਸਭ ਤੋਂ ਫਸਟ ਟਾਈਮ ਜਿਹੜੀ ਟ੍ਰੇਨ ਉਹ ਕਦੋਂ ਚੱਲੀ ਚੱਲੀ ਸੀ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ অপਸ਼ਨ ਨੰਬਰ ਸੀ 1853 1853 ਦੇ ਵਿੱਚ ਭਾਰਤ ਚ ਸਭ ਤੋਂ ਵੱਧ ਸਭ ਤੋਂ ਪਹਿਲੀ ਵਾਰ ਟ੍ਰੇਨ ਚੱਲੀ ਸੀ ਠੀਕ ਹੈ ਤਾਂ ਕਿੱਥੇ ਚੱਲੀ ਸੀ ਇਹ ਤੁਸੀਂ ਪੁਆਇੰਟ ਪਾਰ ਸਕਦੇ ਹੋ ਦ ਫਸਟ ਟ੍ਰੇਨ ਰੈਨ ਇਨ ਇੰਡੀਆ ਬੀਟਵੀਨ ਬੰਬੇ ਟੂ ਥਾਣੇ ਔਨ 16 ਅਪ੍ਰੈਲ 1853 16 ਅਪ੍ਰੈਲ 1853 ਨੂੰ ਪਹਿਲੀ ਵਾਰੀ ਭਾਰਤ ਦੇ ਵਿੱਚ ਟ੍ਰੇਨ ਚਲਾਈ ਗਈ ਸੀ ਠੀਕ ਹੈ ਬੰਬੇ ਟੂ ਥਾਣੀ ਠੀਕ ਹੈ ਇਹ ਪੁਆਇੰਟ ਵੀ ਤੁਸੀਂ ਜ਼ਰੂਰ ਮੈਂਸ਼ਨ ਰੱਖਿਓ ਆਪਣਾ ਯਾਦ ਰੱਖਿਓ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ 1853 ਹੈ। ਵਾਧਿਆ ਨੈਕਸਟ ਕੁਐਸਚਨ ਵੱਲ। ਹਾਂ ਨੈਕਸਟ ਕੁਐਸਚਨ ਹੈ ਭਾਰਤ ਦਾ ਸਭ ਤੋਂ ਲੰਬਾ ਹਾਈਵੇ ਕਿਹੜਾ ਹੈ? ਅ ਲੋਂਗੇਸਟ ਹਾਈਵੇ ਠੀਕ ਹੈ ਭਾਰਤ ਦਾ ਸਭ ਤੋਂ ਲੰਬਾ ਹਾਈਵੇ ਲੋਂਗੇਸਟ ਹਾਈਵੇ ਕਿਹੜਾ ਹੈ? ਆਪਸ਼ਨ ਦਿੱਤੀਆਂ ਗਈਆਂ ਨੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਆਪਸ਼ਨ ਨੰਬਰ ਸੀ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ NH47A ਭਾਰਤ ਦਾ ਸਭ ਤੋਂ ਲੌਂਗੇਸਟ ਹਾਈਵੇ ਹੈ ਉਹ ਹੈਗਾ ਜੀ NH47 ਐ অপਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਕੁਐਸਚਨ ਦੇਖਦੇ ਆਂ ਭਾਰਤ ਦਾ ਸਭ ਤੋਂ ਛੋਟਾ ਹਾਈਵੇ ਕਿਹੜਾ ਹੈ ਮੈਂ ਪੂਰੀ ਕੋਸ਼ਿਸ਼ ਕਰ ਰਹੀ ਆ ਕਿ ਮੈਂ ਤੁਹਾਨੂੰ 50 ਕੁਐਸਚਨ ਜਲਦੀ ਜਲਦੀ ਕਵਰ ਕਰਾ ਦਾਂ ਠੀਕ ਹੈ ਦੇਖੋ ਮੈਨੂੰ ਪਤਾ ਹੈ ਕਿ ਜਿਹੜੀ FCI ਦੀ ਵੀਡੀਓਜ਼ ਨੇ ਉਹ ਬਹੁਤ ਜਿੱਦਾਂ ਮੰਨ ਲਓ ਇੱਕ ਦਿਨ ਛੱਡ ਕੇ ਇਸ ਤਰ੍ਹਾਂ ਆਉਂਦੀਆਂ ਨੇ ਐਕਚੁਅਲੀ ਮੈਂ ਤੁਹਾਨੂੰ ਦੱਸਦੀ ਆ ਜਿਹੜੇ ਕੁਐਸਚਨ ਨੇ ਨਾ ਪਹਿਲਾਂ ਮੈਂ ਕੁਐਸਚਨ ਨੂੰ ਪਹਿਲਾਂ ਤੁਹਾਡੇ ਲੈਵਲ ਦੇ ਅਕੋਰਡਿੰਗ ਲੱਭਦੀ ਆ ਠੀਕ ਹੈ ਕਿ ਇਹ ਕੁਐਸਚਨ ਐਡ ਕਰ ਸਕਦੇ ਆ ਆਪਾਂ PDF ਦੇ ਵਿੱਚ ਫਿਰ ਉਹ ਪੂਰੇ ਕੁਐਸਚਨ ਟਾਈਪ ਕਰਕੇ ਮੈਂ PDF ਬਣਾਉਂਦੀ ਆ ਠੀਕ ਹੈ ਫਿਰ PDF ਦੇ ਅਕੋਰਡਿੰਗ ਉਹਨੂੰ ਸੈੱਟ ਕਰਕੇ ਜਿੰਨੀ ਵੀ ਐਕਸਟਰਾ ਨੋਲਿਜ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨ ਫਿਰ ਮੈਂ ਵੀਡੀਓ ਬਣਾਉਣਾ ਸਟਾਰਟ ਕਰਦੀ ਹਾਂ ਠੀਕ ਹੈ ਤਾਂ ਇਸ ਵੀਡੀਓ ਨੂੰ ਜਿਹੜੇ ਕੁਐਸਚਨ ਵਾਲੀ ਵੀਡੀਓ ਹੁੰਦੀ ਹੈ ਨਾ ਇਹਨਾਂ ਵੀਡੀਓਜ਼ ਨੂੰ ਬਣਾਉਣ ਦੇ ਵਿੱਚ ਟਾਈਮ ਲੱਗਦਾ ਹੈ ਤਾਂ ਇਸ ਕਰਕੇ ਕਈ ਵਾਰ ਵੀਡੀਓ ਜਿਹੜੀ ਹੈ ਦੇਰ ਨਾਲ ਆਉਂਦੀ ਹੈ ਪਰ ਮੈਨੂੰ ਇਹ ਨਹੀਂ ਹੁੰਦਾ ਹੈਗਾ ਕਿ ਨਾ ਬਣਾਵਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਵੀਡੀਓ ਬਣਾਵਾਂ ਠੀਕ ਹੈ ਹੁਣ ਵੀ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਨੂੰ ਐਦਾਂ ਹੋ ਰਿਹਾ 50 ਕੁਐਸਚਨ ਜਲਦੀ ਕਰਾਦਾ ਕਿਉਂਕਿ ਮੈਂ ਤੁਹਾਨੂੰ ਦੱਸਦਾ ਮੇਰੇ ਜਿਹੜਾ ਦਿੰਦਾ ਰੁਟੀਨ ਹੈ ਉਹ ਥੋੜਾ ਬਿਜ਼ੀ ਰਹਿੰਦਾ ਹੈ ਜਿਹਦੇ ਕਰਕੇ ਮੈਨੂੰ ਜ਼ਿਆਦਾਤਰ ਟਾਈਮ YouTube ਦੇ ਵਿੱਚ ਵੀਡੀਓ ਬਣਾਉਣ ਦੇ ਲਈ ਨਹੀਂ ਮਿਲ ਪਾਂਦਾ ਹਾਲਾਂਕਿ ਮੈਂ ਆਪਣੀ ਪੂਰੀ ਕੋਸ਼ਿਸ਼ ਕਰਦੀ ਆ ਕਿ ਮੈਂ ਅਲੱਗ ਤੋਂ ਸਪੈਸ਼ਲ ਟਾਈਮ ਜਿਹੜਾ ਤੁਹਾਡੀ ਇਹਨਾਂ ਵੀਡੀਓਜ਼ ਦੇ ਲਈ ਕੱਢਾਂ ਠੀਕ ਹੈ ਦੇਖੋ ਇੱਕ ਵੀਡੀਓ ਆਪ ਬਣਾਣੀ ਪੋਸੀਬਲ ਹੈ ਦਿਨ ਦੇ ਵਿੱਚ ਠੀਕ ਹੈ ਲੇਕਿਨ ਲਗਭਗ 2-3 ਵੀਡੀਓਜ਼ ਬਣਾਉਣ ਦੇ ਲਈ ਆਪਾਂ ਨੂੰ 6 ਤੋਂ 7 ਘੰਟੇ ਚਾਹੀਦੇ ਨੇ YouTube ਦੇ ਲਈ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਜ਼ਿਆਦਾ ਮਿਹਨਤ ਜਿਹੜੀ ਤੁਹਾਡੇ ਲਈ ਕੀਤੀ ਜਾਂਦੀ ਹੈ ਇਸੇ ਕਰਕੇ ਤਾਂ ਤੁਹਾਨੂੰ ਕਹਿਣੀ ਹੁੰਦੀ ਆ ਕਿ ਵੀਡੀਓ ਨੂੰ ਲਾਈਕ ਕਰਿਆ ਕਰੋ ਠੀਕ ਹੈ ਤਾਂ ਇਸੇ ਬਹਾਨੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਵਿਚਾਰ ਜਰੂਰ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ ਕਿ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਮੈਂ ਤੁਹਾਨੂੰ ਦੱਸ ਚੁੱਕੀਆਂ ਵਾਧਿਆ ਨੈਕਸਟ ਕੁਐਸਚਨ ਵੱਲ ਕੁਐਸਚਨ ਨੰਬਰ 35 ਕਰਕਰੇਖਾ ਇਹਨਾਂ ਵਿੱਚੋਂ ਕਿਸ ਰਾਜ ਚ ਗੁਜ਼ਰ ਕੇ ਨਹੀਂ ਜਾਂਦੀ ਹੈਗੀ ਕਰਕਰੇਖਾ ਇਹਨਾਂ ਵਿੱਚੋਂ ਕਿਹੜੇ ਰਾਜ ਦੇ ਵਿੱਚੋਂ ਗੁਜ਼ਰ ਕੇ ਨਹੀਂ ਜਾਂਦੀ ਮੈਂ ਤੁਹਾਨੂੰ ਪਿੱਛੇ ਕਰਕਰੇਖਾ ਦਿਖਾਈ ਸੀ ਨਾ ਕਿ ਕਿਹੜੇ-ਕਿਹ ਜਿਨ੍ਹਾਂ ਨੇ ਮੇਰਾ ਕੁਐਸਚਨ ਧਿਆਨ ਨਾਲ ਸੁਣਿਆ ਸੀ ਉਹਨਾਂ ਨੂੰ ਪਤਾ ਹੋਏਗਾ ਕਿ ਇਹਦਾ ਜਿਹੜਾ ਰਾਈਟ ਆਨਸਰ ਆਪਸ਼ਨ ਨੰਬਰ ਸੀ ਹੈ ਕਿਉਂਕਿ ਗੁਜਰਾਤ ਦੇ ਵਿੱਚੋਂ ਵੀ ਕਰਕਰੇਖਾ ਗੁਜ਼ਰਦੀ ਹੈ ਮਿਜ਼ੋਰਮ ਦੇ ਵਿੱਚ ਵੀ ਤ੍ਰਿਪੁਰਾ ਦੇ ਵਿੱਚ ਵੀ ਲੇਕਿਨ ਉੜੀਸਾ ਦੇ ਵਿੱਚੋਂ ਜਿਹੜੀ ਕਰਕਰੇਖਾ ਨਹੀਂ ਲੰਘਦੀ ਹੈਗੀ ਤਾਂ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਇਹਨਾਂ ਵਿੱਚੋਂ ਭਾਰਤ ਦਾ ਕਿਹੜਾ ਗੁਆਂਡੀ ਦੇਸ਼ ਛੋਟਾ ਹੈ ਮਤਲਬ ਕਿ ਭਾਰਤ ਦਾ ਉਹਲਾ ਗੁਆਂਡੀ ਦੇਸ਼ ਦੱਸਣਾ ਹੈ ਜਿਹੜਾ ਕਿ ਛੋਟਾ ਹੈ ਠੀਕ ਹੈ ਤਾਂ ਇਹ ਹੈਗਾ ਜੀ ਭੂਟਾਨ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਭੂਟਾਨ ਵਾਧਿਆ ਨੈਕਸਟ ਕੁਐਸਚਨ ਵੱਲ ਇਹਨਾਂ ਵਿੱਚੋਂ ਕਿਹੜਾ ਪਠਾਰ ਮਿਨਰਲ ਹਾਰਟਲੈਂਡ ਆਫ ਇੰਡੀਆ ਵਜੋਂ ਜਾਣਿਆ ਜਾਂਦਾ ਹੈ ਆਪਣੇ ਭਾਰਤ ਦੇ ਵਿੱਚ ਬਹੁਤ ਤਰ੍ਹਾਂ ਦੇ ਪਠਾਰ ਪਏ ਜਾਂਦੇ ਨੇ ਠੀਕ ਹੈ ਤੁਸੀਂ ਜੇਕਰ ਐਸਐਸਟੀ ਨੂੰ ਆਪਾਂ ਪੜ੍ਹਿਆ ਹੈ ਤਾਂ ਆਪਾਂ ਤੁਹਾਨੂੰ ਪਤਾ ਹੋਵੇਗਾ ਜਿੱਦਾਂ ਨਾਗਪੁਰ ਪਠਾਰ ਹੋ ਗਿਆ ਠੀਕ ਹੈ ਤਿੱਬਤੀ ਪਠਾਰ ਹੋ ਗਿਆ ਤਾਂ ਇਸ ਤਰ੍ਹਾਂ ਪਠਾਰ ਨੇ ਠੀਕ ਹੈ ਉਹਨਾਂ ਦੇ ਵਿੱਚ ਉਹ ਕਿਹੜਾ ਪਠਾਰ ਹੈ ਜਿਸ ਨੂੰ ਮਿਨਰਲ ਹਾਰਟ ਲੈਂਡ ਆਫ ਇੰਡੀਆ ਕਹਿੰਦੇ ਨੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਛੋਟਾ ਨਾਗਪੁਰ ਪਠਾਰ অপਸ਼ਨ ਨੰਬਰ ਏ ਠੀਕ ਹੈ ਛੋਟਾ ਨਾਗਪੁਰ ਪਠਾਰ ਨੂੰ ਮਿਨਰਲ ਹਾਰਟ ਲੈਂਡ ਆਫ ਇੰਡੀਆ ਕਹਿੰਦੇ ਨੇ ਵਾਧਾ ਨੈਕਸਟ ਕੁਐਸਚਨ ਵੱਲ ਕਿਹੜੀ ਨਦੀ ਕਿਨਾਰੇ ਨਾਗਰਜੁਨ ਸਾਗਰ ਡ ਕਿਹੜੀ ਰੀਵਰ ਦੇ ਬੈਂਕ ਤੇ ਠੀਕ ਹੈ ਨਾਗਰਜੁਨ ਸਾਗਰ ਡੈਮ ਬਣਾਇਆ ਗਿਆ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਕ੍ਰਿਸ਼ਨਾ ਨਦੀ ਕ੍ਰਿਸ਼ਨਾ ਨਦੀ ਦੇ ਕਿਨਾਰੇ ਜਿਹੜੇ ਹੈ ਨਾਗਰਜੁਨ ਸਾਗਰ ਡੈਮ ਬਣਾਇਆ ਗਿਆ ਹੈ ਭਾਰਤ ਦਾ ਪਹਿਲਾ ਡਾਕ ਘਰ ਕਿੱਥੇ ਖੋਲਿਆ ਗਿਆ ਜਿਹੜਾ ਪਹਿਲਾ ਪੋਸਟ ਆਫਿਸ ਉਹ ਭਾਰਤ ਦਾ ਕਿੱਥੇ ਖੋਲਿਆ ਗਿਆ ਸੀ ਠੀਕ ਹੈ ਤਾਂ ਭਾਰਤ ਦਾ ਸਭ ਤੋਂ ਪਹਿਲਾ ਪੋਸਟ ਆਫਿਸ ਖੋਲਿਆ ਗਿਆ ਸੀ ਜੀ ਮੁੰਬਈ ਦੇ ਵਿੱਚ ਠੀਕ ਹੈ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੈ ਇਹ ਵੀ ਕੁਐਸਚਨ ਜਿਹੜਾ ਇੰਪੋਰਟੈਂਟ ਹੈ ਬਿਲਕੁਲ ਜਨਰਲ ਨੋਲੇਜ ਦੇ ਪੱਖੋਂ ਜੇਕਰ ਆਪਾਂ ਗੱਲ ਕਰੀਏ ਦੇਖੋ 25 ਨੰਬਰ ਦੀ ਜੀਕੇ ਆਉਣ ਵਾਲੀ ਹੈ ਤੇ ਆਮ ਸ਼્યોਰ ਕਿ ਜੇਕਰ ਤੁਸੀਂ ਜਿੰਨੇ ਵੀ ਸੈੱਟ ਮੈਂ ਕਰਾਏ ਨੇ ਲਗਭਗ 18 ਸੈੱਟ ਆਪਣੇ ਹੋ ਚੁੱਕੇ ਨੇ ਜਿਨ੍ਹਾਂ ਨੂੰ ਕੁਝ ਵੀਡੀਓਜ਼ ਨਹੀਂ ਲੱਭਦੀਆਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਚੈਨਲ ਚੈਨਲ ਖੋਲਦੇ ਹਾਂ ਚੈਨਲ ਦੇ ਵਿੱਚ ਪਲੇਲਿਸਟ ਦੇ ਵਿੱਚ ਜਾਓ ਪਲੇਲਿਸਟ ਦੇ ਵਿੱਚ ਮੈਂ ਨਾਮ ਲਿਖਿਆ ਹੋਇਆ ਹੈ ਜੀਕੇ ਸੈੱਟ ਫੋਰ ਐਫਸੀਆਈ ਠੀਕ ਹੈ ਉਸ ਦੇ ਵਿੱਚ ਜਿੰਨੇ ਵੀ ਸੈੱਟ ਕਰਾਏ ਨੇ ਸੈੱਟ ਨੰਬਰ 1 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸੈੱਟ ਨੇ ਉਹਨਾਂ ਸਾਰਿਆਂ ਦੀ ਵੀਡੀਓਜ਼ ਜਿਹੜੀਆਂ ਨੇ ਸਟੈਪ ਵਾਈਜ਼-ਸਟੈਪ ਪਾਈਆਂ ਹੋਈਆਂ ਨੇ ਜੇਕਰ ਤੁਸੀਂ ਵੀਡੀਓਜ਼ ਨਹੀਂ ਦੇਖਿਆ ਹੈ ਗਿਆ ਜਰੂਰ ਜਾ ਕੇ ਦੇਖੋ ਤੁਹਾਨੂੰ ਬਹੁਤ ਮਜ਼ਾ ਆਏਗਾ ਬਹੁਤ ਜ਼ਿਆਦਾ ਨੌਲੇਜ ਜਿਹੜੀ ਹੈ ਤੁਹਾਡੀ ਇਨਕਰੀਜ਼ ਹੋਵੇਗੀ ਠੀਕ ਹੈ ਤਾਂ ਵੱਧਦੇ ਆ नेक्स्ट ਕੁਐਸਚਨ ਵੱਲ ਭਾਰਤੀ ਰੇਲਵੇ ਨੂੰ ਕਿੰਨੇ ਖੇਤਰ ਦੇ ਵਿੱਚ ਵੰਡਿਆ ਗਿਆ ਹੈ ਤਾਂ ਜਿਹੜਾ ਆਪਣਾ ਇੰਡੀਆ ਹੈ ਸੌਰੀ ਇੰਡੀਅਨ ਰੇਲਵੇ ਹੈ ਉਸ ਨੂੰ 17 ਜ਼ੋਨ ਦੇ ਵਿੱਚ ਵੰਡਿਆ ਗਿਆ ਹੈ ਠੀਕ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਸੌਰੀ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਸੱਤਵਾਦ ਜੰਗਲ ਪਾਏ ਜਾਂਦੇ ਨੇ ਠੀਕ ਹੈ ਭਾਰਤ ਦਾ ਕਿਹੜਾ ਸਟੇਟ ਹੈ ਜਿੱਥੇ ਸੱਤਵਾਦ ਜੰਗਲ ਪਾਏ ਜਾਂਦੇ ਨੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਵਿੱਚ ਸੱਤਵਾਦ ਜਿਹੜੇ ਜੰਗਲ ਨੇ ਉਹ ਪਾਏ ਜਾਂਦੇ ਨੇ ਨੈਕਸਟ ਕੁਐਸਚਨ ਹੈ ਪਹਿਲੀ ਇਲੈਕਟ੍ਰਿਕ ਟ੍ਰੇਨ ਭਾਰਤ ਦੇ ਵਿੱਚ ਕਦੋਂ ਚਲਾਈ ਗਈ ਭਾਰਤ ਦੇ ਵਿੱਚ ਜਿਹੜੀ ਹੈ ਫਰਸਟ ਇਲੈਕਟ੍ਰਿਕ ਟ੍ਰੇਨ ਹੈ ਉਹ ਕਦੋਂ ਚਲਾਈ ਗਈ ਸੀ ਤਾਂ ਇਹ ਚਲਾਈ ਗਈ ਸੀ ਜੀ 1925 ਦੇ ਵਿੱਚ ਠੀਕ ਹੈ ਬਾਕੀ ਤੁਸੀਂ ਗੂਗਲ ਵੀ ਕਰ ਲਿਆ ਕਰੋ ਸਾਰਾ ਕੰਮ ਮੈਡਮ ਦੇ ਹਿੱਸੇ ਨਾ ਛੱਡੋ ਠੀਕ ਹੈ ਆਪਣਾ ਜਿਹੜਾ smartphones ਰੱਖਿਆ ਹੋਇਆ ਹੈ ਨਾ ਇਸ ਨੂੰ ਯੂਜ਼ ਕਰਿਆ ਕਰੋ ਨੌਲੇਜ ਦੇ ਲਈ 1925 ਦੇ ਵਿੱਚ ਜਿਹੜੀ ਇਲੈਕਟ੍ਰਿਕ ਟ੍ਰੇਨ ਚਲਾਈ ਗਈ ਸੀ ਕਦੋਂ ਚਲਾਈ ਗਈ ਸੀ ਇਹ ਤੁਸੀਂ ਆਪ ਸਰਚ ਕਰਿਓ Google ਤੇ ਠੀਕ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਏਗਾ ਤਾਂ ਨੈਕਸਟ ਕੁਐਸਚਨ ਹੈ ਭਾਰਤ ਦੇ ਵਿੱਚ ਪਾਈ ਜਾਣ ਵਾਲੀ ਲਾਲ ਮਿੱਟੀ 'ਚ ਜ਼ਿਆਦਾਤਰ ਕਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਜਿਹੜੀ ਭਾਰਤ ਦੇ ਵਿੱਚ ਲਾਲ ਮਿੱਟੀ ਪਾਈ ਜਾਂਦੀ ਹੈ ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਤਾਂ ਉਗਾਈਆਂ ਜਾਂਦੇ ਨੇ ਜਵਾਰ ਅਤੇ ਰਾਗੀ ਠੀਕ ਹੈ ਜਵਾਰ ਅਤੇ ਰਾਗ ਜਿਹੜੀ ਫਸਲਾਂ ਨੇ ਜ਼ਿਆਦਾਤਰ ਲਾਲ ਮਿੱਟੀ ਦੇ ਵਿੱਚ ਉਗਦੀਆਂ ਨੇ ਠੀਕ ਹੈ অপਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ ਹੈ ਕੁਐਸਚਨ ਨੰਬਰ 44 ਦੇਖਦੇ ਹਾਂ ਕਿਸ ਫਸਲ ਨੂੰ ਭਾਰਤ ਵਿੱਚ ਕੈਸ਼ ਕ੍ਰੌਪ ਕਹਿੰਦੇ ਹਨ ਕੈਸ਼ ਕ੍ਰੌਪ ਮਤਲਬ ਨਕਦੀ ਫਸਲ ਕਿਹੜੀ ਫਸਲ ਹੈ ਜਿਸ ਨੂੰ ਆਪਣੇ ਇੰਡੀਆ ਦੇ ਵਿੱਚ ਨਕਦੀ ਫਸਲ ਕਹਿੰਦੇ ਨੇ ਚਾਵਲ ਨੂੰ ਕਣਕ ਨੂੰ ਗੰਨਾ ਨੂੰ ਜਵਾਰ ਨੂੰ ਤਾਂ ਇਹਦੇ ਵਿੱਚੋਂ ਰਾਈਟ ਆਂਸਰ ਹੈ ਗੰਨਾ ਠੀਕ ਹੈ ਗੰਨੇ ਨੂੰ ਭਾਰਤ ਦੇ ਵਿੱਚ ਕੈਸ਼ ਕ੍ਰੌਪ ਕਹਿੰਦੇ ਨੇ ਨਕਦੀ ਫਸਲ অপਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਕੁਐਸਚਨ ਹੈ ਸੈਂਟਰਲ ਰਾਈਸ ਰਿਸਰਚ ਇੰਸਟੀਚਿਊਟ ਕਿੱਥੇ ਸਥਿਤ ਹੈ ਸੈਂਟਰਲ ਰਾਈਸ ਰਿਸਰਚ ਇੰਸਟੀਚਿਊਟ ਭਾਰਤ ਦੇ ਵਿੱਚ ਕਿੱਥੇ ਲੋਕੇਟਿਡ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ অপਸ਼ਨ ਨੰਬਰ ਸੀ ਕਟਕ ਕਟਕ ਵਿਖੇ ਇਹ ਜਿਹੜਾ ਇੰਸਟੀਚਿਊਟ ਹੈ ਉਹ ਲੋਕੇਟਿਡ ਹੈ অপਸ਼ਨ ਨੰਬਰ ਸੀ ਇਸ ਦਾ ਸਹੀ ਆਨਸਰ ਹੈ ਨੈਕਸਟ ਕੁਐਸਚਨ ਹੈ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ ਆਇਲ ਐਂਡ ਨੈਚੁਰਲ ਗੈਸ ਕਮਿਸ਼ਨ ਕਦੋਂ ਸਥਾਪਿਤ ਕੀਤਾ ਗਿਆ ਭਾਰਤ ਦੇ ਵਿੱਚ ਆਇਲ ਐਂਡ ਨੈਚੁਰਲ ਗੈਸ ਕਮਿਸ਼ਨ ਜਿਹੜਾ ਕਦੋਂ ਸਥਾਪਿਤ ਕੀਤਾ ਗਿਆ ਸੀ ਤਾਂ অপਸ਼ਨ ਦਿੱਤੀਆਂ ਗਈਆਂ ਨੇ ਤਾਂ ਇਹਨਾਂ ਦੇ ਵਿੱਚ ਜਿਹੜਾ ਰਾਈਟ ਆਪਸ਼ਨ ਹੈ ਉਹ ਹੈਗਾ ਜੀ অপਸ਼ਨ ਨੰਬਰ ਸੀ 1956 ਠੀਕ ਹੈ 1956 ਦੇ ਵਿੱਚ ਭਾਰਤ ਦੇ ਵਿੱਚ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ ਦੀ ਜਿਹੜੀ ਹੈ ਸਥਾਪਨਾ ਕੀਤੀ ਗਈ ਸੀ 2011 ਦੇ ਅੰਕੜੇ ਅਨੁਸਾਰ ਭਾਰਤ ਦੇ ਕਿਹੜੇ ਰਾਜ ਦੀ ਜਨਸੰਖਿਆ ਸਭ ਤੋਂ ਵੱਧ ਪਾਈ ਗਈ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਜਿਹੜੀ ਪੋਪੂਲੇਸ਼ਨ ਆ ਸਭ ਤੋਂ ਜ਼ਿਆਦਾ ਹੈ ਠੀਕ ਹੈ ਤੁਹਾਨੂੰ ਪਤਾ ਹੋਵੇਗਾ ਤਾਂ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਉੱਤਰ ਪ੍ਰਦੇਸ਼ ਨੈਕਸਟ ਕੁਐਸਚਨ ਵੱਲ ਵਧਦੇ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਜ਼ਿਆਦਾਤਰ ਕਬਿੱਲੇ ਅਤੇ ਆਦੀਵਾਸੀ ਲੋਕ ਪਾਏ ਜਾਂਦੇ ਹਨ ਜਿਹੜਾ ਆਪਣਾ ਇੰਡੀਆ ਹੈ ਇਸ ਦੇ ਵਿੱਚ ਜ਼ਿਆਦਾਤਰ ਕਬੀਲੇ ਅਤੇ ਆਦੀਵਾਸੀ ਲੋਕ ਜਿਹੜੇ ਨੇ ਕਿਹੜੇ ਸਟੇਟ ਦੇ ਵਿੱਚ ਪਾਏ ਜਾਂਦੇ ਨੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਜੀ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਵਿੱਚ ਜ਼ਿਆਦਾਤਰ ਜਿਹੜੇ ਕਬੀਲੇ ਅਤੇ ਆਦੀਵਾਸੀ ਲੋਕ ਜਿਹੜੇ ਨੇ ਉਹ ਪਾਏ ਜਾਂਦੇ ਨੇ ਠੀਕ ਹੈ ਨੈਕਸਟ ਕੁਐਸਚਨ ਇਹਦਾ 2011 ਅਨੁਸਾਰ ਭਾਰਤ ਦੀ ਸੱਖਰਤਾ ਦਰ ਕਿੰਨੀ ਸੀ ਲਿਟਰੇਸੀ ਰੇਟ ਲਿਟਰੇਸੀ ਰੇਟ ਕੀ ਹੁੰਦਾ ਹੈ ਕਿ ਭਾਰਤ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਦਰ ਠੀਕ ਹੈ ਕਿੰਨੀ ਸੀ ਤਾਂ ਇਹ ਹੈਗੀ ਸੀ ਜੀ 2011 ਦੇ ਅਕੋਰਡਿੰਗ 74.4% ਠੀਕ ਹੈ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਭਾਰਤ ਦੀ ਸਾਖਰਤਾ ਦਰ ਅੱਜ ਦੀਸ ਵੀਡੀਓ ਦਾ ਲਾਸਟ ਕੁਐਸਚਨ ਹੈ ਅਸੀਂ 50 ਕੁਐਸਚਨ ਕਵਰ ਹੋਏ ਨੇ ਠੀਕ ਹੈ ਤਾਂ ਲਾਸਟ ਕੁਐਸਚਨ ਹੈ ਇਹਨਾਂ ਵਿੱਚੋਂ ਸਭ ਤੋਂ ਪੁਰਾਣੀ ਪਰਬਤ ਲੜੀ ਕਿਹੜੀ ਹੈ 올ਡੇਸਟ ਮਾਊਂਟਨ ਰੇਂਜ ਠੀਕ ਹੈ ਇਹਨਾਂ ਵਿੱਚੋਂ ਸਭ ਤੋਂ ਪੁਰਾਣੀ ਪਰਬਤ ਕਿਹੜੀ ਹੈ ਤਾਂ ਉਹ ਹੈਗੀ ਹੈ ਜੀ ਵਿੰਦਿਆਚਲ ਨਹੀਂ ਹੈਗਾ ਠੀਕ ਹੈ ਤਾਂ ਦੇਖੋ ਇਹਦੇ ਵਿੱਚ ਸੌਰੀ 올ਡੇਸਟ ਪੁੱਛਿਆ ਗਿਆ ਠੀਕ ਹੈ ਮੈਂ ਦੇਖਣਾ ਭੁੱਲ ਗਈ 올ਡੇਸਟ 올데스트 마운틴 রেঞ্জ তা ਦੇਖ ਕੇ 올데스트 ਪੁੱਛੀ ਜਾਵੇ ਤਾਂ ਇਹਦਾ ਰਾਈਟ ਆਨਸਰ ਹੈ আরাਵਲੀ ਠੀਕ ਹੈ আরাਵਲੀ ਪਰਬਤ ਲੜੀ ਜਿਹੜੀ ਆ ਸਭ ਤੋਂ ਪੁਰਾਣੀ ਪਰਬਤ ਲੜੀ ਆ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਠੀਕ ਹੈ ਧਿਆਨ ਨਾਲ ਕਵਰ ਕਰ ਲਿਓ আরাਵਲੀ ਕਿਹਾ ਹੈ ਮੈਮ ਠੀਕ ਹੈ ਕਿਤੇ ਬਾਅਦ ਚ ਕੁ ਕਹ ਦੇ ਵਿੰਦਿਆਚਲ ਕਹਿ ਰਹੀ ਸੀ ਮੈਮ আরাਵਲੀ ਹੈ ਠੀਕ ਹੈ ਸਭ ਤੋਂ ਪੁਰਾਣੀ ਨੈਕਸਟ ਕੁਐਸਚਨ ਦੇਖਦੇ ਆ ਦੇਖੋ 50 ਕੁਐਸਚਨ ਮੈਂ ਕਵਰ ਕਰਾ ਚੁੱਕੀਆਂ ਇਸ ਵੀਡੀਓ ਦੇ ਵਿੱਚ ਤਾਂ ਹੁਣ ਵਾਦਦੇ ਆਪਾਂ ਕੁਇਜ਼ ਕੁਐਸਚਨ ਵਾਲ ਕੁਇਜ਼ ਦਾ ਕੁਐਸਚਨ ਹੈ ਇਹ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਠੀਕ ਹੈ ਕੁਇਜ਼ ਦਾ ਕੁਐਸਚਨ ਹੈ ਜਿਮ ਕੋਰਬੇਟ ਨੈਸ਼ਨਲ ਪਾਰਕ ਕਿੱਥੇ ਸਥਿਤ ਹੈ ਇਹਦਾ ਤੁਸੀਂ ਮੈਨੂੰ ਆਨਸਰ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ অপਸ਼ਨ ਦਿੱਤੀਆਂ ਗਈਆਂ ਨੇ ਉੱਤਰਾਖੰਡ ਹਿਮਾਚਲ ਕਰਨਾਟਕ ਹਰਿਆਣਾ ਜਿਹੜੀ ਜਿਮ ਕੋਰਬੇਟ ਨੈਸ਼ਨਲ ਪਾਰਕ ਹੈ ਉਹ ਇਨ੍ਹਾਂ ਚਾਰਾਂ ਵਿੱਚੋਂ ਕਿੱਥੇ ਲੋਕੇਟਿਡ ਹੈ ਇਹਦਾ ਤੁਸੀਂ ਆਨਸਰ ਜਿਹੜਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਠੀਕ ਹੈ ਤਾਂ ਇਹੀ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰ ਦੇਣਾ ਠੀਕ ਹੈ ਦੇਖੋ ਤਾਂ ਅੱਡੇ ਲਈ ਕਿੰਨੀ ਖੇਚਲ ਕਰਨੀ ਪੈਂਦੀ ਹੈ ਮੈਨੂੰ ਕੋਈ ਨਹੀਂ ਇਹ ਗੱਲ ਮਜ਼ਾਕ ਦੀ ਹੈ ਠੀਕ ਹੈ ਸੀਰੀਅਸ ਨਾ ਲਿਓ ਜ਼ਿਆਦਾ ਠੀਕ ਹੈ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਨਾ ਭੁੱਲਣਾ ਬਾਕੀ ਕੋਈ ਵੀ ਤੁਹਾਡਾ ਵਿਚਾਰ ਹੋਵੇ ਤੁਸੀਂ ਖੁੱਲੇ ਆਪਣੇ ਦਿਲ ਨਾਲ ਲਿਖ ਸਕਦੇ ਹੋ ਜੋ ਵੀ ਕਮੈਂਟ ਸੈਕਸ਼ਨ ਦੇ ਵਿੱਚ ਕਹਿਣਾ ਚਾਹੋ ਠੀਕ ਹੈ ਵੀਡੀਓ ਨੂੰ ਲੈ ਕੇ ਕੀ ਪੋਜ਼ਿਟਿਵ 네ਗੇਟਿਵ ਜਿੱਦਾਂ ਵੀ ਤੁਹਾਡੇ ਵਿਊ ਹੋਣ ਤੁਸੀਂ ਮੈਨੂੰ ਲਿਖ ਸਕਦੇ ਹੋ ਠੀਕ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਕਰ ਲੈਣਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਲੈਣਾ ਮਤਲਬ ਸ਼ੇਅਰ ਕਰ ਦੇਣਾ ਠੀਕ ਹੈ ਉਹ ਵਾਲੇ ਕੈਂਡੀਡੇਟਸ ਨਾਲ ਜਿਹੜੇ ਕਿ ਐਫਸੀ ਦੀ ਤਿਆਰੀ ਕਰ ਰਹੇ ਨੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾਓ ਜੀ ਵੱਧ ਤੋਂ ਵੱਧ ਠੀਕ ਹੈ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾਓ ਆਪਣੇ ਸੰਗੀ ਸਾਥੀਆਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਜਰੂਰ ਕਹੋ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਠੀਕ ਹੈ ਤਾਂ ਇਹੀ ਸੀਗੀ ਅੱਜ ਦੀ ਵੀਡੀਓ ਕੋਈ ਡਾਊਟ ਹੋਵੇ ਕੁਐਸਚਨ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਹੀ ਸੀਗੀ ਅੱਜ ਦੀ ਵੀਡੀਓ ਆਈ ਹੋਪ ਵੀਡੀਓ ਵਧੀਆ ਲੱਗੀ ਐ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਥੈਂਕ ਯੂ